ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਅਗਲੇ ਸਵਾਲ ਨਾਲ ਚੱਲਦੇ ਹਾਂ ਜੀ। ਹੁਣ ਸਭ ਤੋਂ ਪਹਿਲਾਂ ਆਪਾਂ ਜਿੱਦਾਂ ਹਮੇਸ਼ਾ ਹੀ ਨੋਟ ਕਰਦੇ ਹਾਂ, ਸਭ ਤੋਂ ਪਹਿਲੀ ਗੱਲ ਚੀਜ਼ ਕੀ ਨੋਟ ਕਰਨੀ ਹੈ ਵੀ ਅਗਰ ਇਹਨਾਂ ਦੇ ਵਿੱਚ ਕਿਸੇ ਦੇ ਆਹ ਵਾਲੀ ਚੀਜ਼, ਜਿੱਦਾਂ ਹੁਣ ਦੇਖੋ ਇਹਦੇ ਪਰਿਚੇ ਦੇ ਅਨੁਸਾਰ ਨਿਸ਼ਾਨ ਹੈ ਨਾ, ਮਤਲਬ ਉਹ ਪਹਿਲਾਂ ਨਹੀਂ ਲੰਘੂਗੀ, ਅਤੇ ਬੀ ਦੇ ਕੋਲ ਪਰਿਚੇ ਦੇ ਅਨੁਸਾਰ ਦੇ ਨਿਸ਼ਾਨ ਹੈ ਨਾ, ਮਤਲਬ ਬੀ ਅਤੇ ਉਹ ਐਂਡ 'ਤੇ ਲੰਘੂਗੀਆਂ। ਐਚ ਦੇ ਆਹ ਜਿਹੜਾ ਮੇਨ ਰੋਡ ਆ ਇਹਦਾ ਮਤਲਬ ਕੀ ਬਣਦਾ ਜੀ? ਨਹੀਂ ਤਾਂ ਪਹਿਲਾਂ ਐਚ ਨੇ ਇਹਨੂੰ ਪਹਿਲ ਦੇਣੀ ਸੀ, ਐਲ ਨੇ ਇਹਨੂੰ ਪਹਿਲ ਦੇਣੀ ਸੀ। ਹੁਣ ਇੱਥੇ ਪਰਿਚੇ ਦੇ ਅਨੁਸਾਰ ਦਾ ਨਿਸ਼ਾਨ ਹੋਣ ਕਰਕੇ ਐਚ ਅਤੇ ਐਲ ਇਕੱਠੀਆਂ ਲੰਘ ਸਕਦੀਆਂ। ਉਹ ਤੋਂ ਬਾਅਦ ਅਗਰ ਉਹ ਲੰਘਦੀ ਹੈ ਤਾਂ ਉਹਦੇ ਮੂਹਰੇ ਬੀ ਆਉਂਦੀ ਹੈ, ਇਹਦਾ ਮਤਲਬ ਵੀ ਉਹ ਤੋਂ ਬੀ ਲੰਘੂਗੀ ਫਿਰ ਉਹ ਲੰਘੂਗੀ। ਐਚ ਐਲ ਨੇ ਇਕੱਠੀਆਂ ਅਤੇ ਬੀ ਅਤੇ ਉਹਨੇ ਬਾਅਦ ਵਿੱਚ ਬਿਲਕੁਲ ਐਲ ਆ ਕਾਪਾਸ਼ਨ ਕੁੰਤੇ ਪਰਾਂਜਮੇਂ ਅਤੇ ਫਿਰ ਪ੍ਰੀਮੀ ਫਿਰ ਜਿਹੜੀ, ਕਿਉਂਕਿ ਜਿਹੜੀ ਬੀ ਆ ਅਤੇ ਐਲ ਐਚ ਏ ਐਲ ਅਤੇ ਐਚ ਦੋ ਇਕੱਠੀਆਂ ਸਭ ਤੋਂ ਪਹਿਲਾਂ ਲੰਘ ਸਕਦੀਆਂ। ਇਸ ਕਰਕੇ ਇਹ ਬੇਰਵਾ ਜੀ ਤਰਾਂਜੀਤਨ ਨੂੰ ਨਿਲਸੇ ਗੋਇਨ ਅਤੇ ਉੜਦੀ ਨੇ ਐਲ ਏ ਈ ਐਲ ਏ ਆਕਾ ਅਤੇ ਬੀ ਓ ਐਲ ਅਤੇ ਐਚ ਇਕੱਠੀਆਂ, ਉਹ ਤੋਂ ਬਾਅਦ ਬੀ ਨੇ ਲੰਘਣਾ ਅਤੇ ਓ ਨੇ ਲੰਘਣਾ। ਹਾਂਜੀ ਬਿਲਕੁਲ ਠੀਕ ਆ ਜੀ, ਕਿਉਂਕਿ ਹੁਣ ਤੱਕ ਤਾਂ ਹੁਣ ਤਾਂ ਤੁਹਾਨੂੰ ਵੀ ਪਤਾ ਲੱਗ ਗਿਆ ਹੋਣਾ ਵੀ ਇਹਦਾ ਕੀ ਹਿਸਾਬ ਆ ਵਾ, ਵੀ ਕਿਸ ਹਿਸਾਬ ਨਾਲ ਮੈਂ ਤੁਹਾਨੂੰ ਦੱਸਿਆ ਸੀਗਾ, ਸੌਖਾ ਹੀ ਚੱਕਰ ਆ ਜੀ। ਉਸ ਤੋਂ ਬਾਅਦ ਦੇਖੋ ਜੀ, ਕਹਿੰਦੇ ਇਫ ਯੂ ਗੋ ਵਹੀਕਲ ਬੀ ਤਰਾਂਜੀਟ ਦਾ ਦੋਪੋ ਈ ਵਹੀਕਲ ਐਲ ਏ ਅਤੇ ਆਕਾ, ਫਿਰ ਬੀ ਨੇ ਦੋਪੋ ਹੁੰਦਾ ਐਲ ਅਤੇ ਐਚ ਜਦੋਂ ਦੋਹਾਂ ਨੇ ਲੰਘ ਜਾਣਾ ਉਹਨਾਂ ਤੋਂ ਬਾਅਦ ਬੀ ਲੰਘ ਸਕਦੀ ਹੈ। ਹਾਂਜੀ, ਕਿਉਂਕਿ ਇਸ ਗੱਡੀ ਨੇ ਉਹਨੂੰ ਪਹਿਲ ਦੇਣੀ ਹੈ, ਇਸ ਕਰਕੇ ਵੀ ਠੀਕ ਆ ਜੀ। ਇਲ ਵਹੀਕਲ ਉਹ ਤਰਾਂਜੀਟ ਦਾ ਫਿਰ ਉਲਟੀ ਮੂਹ, ਫਿਰ ਜਿਹੜੀ ਉਹ ਆ ਇਹਨੇ ਐਂਡ 'ਤੇ ਲੰਘਣਾ। ਹਾਂਜੀ ਇਹ ਵੀ ਗੱਲ ਸਹੀ ਹੈ, ਕਿਉਂਕਿ ਪਹਿਲਾਂ ਤਾਂ ਐਚ ਅਤੇ ਐਲ ਲੰਘਦੇ ਆ, ਫਿਰ ਬੀ ਨੇ ਲੰਘਣਾ, ਫਿਰ ਐਂਡ 'ਤੇ ਓ ਨੇ ਲੰਘਣਾ, ਇਸ ਕਰਕੇ ਇਹ ਵੀ ਸਵਾਲ ਸਹੀ ਹੈ ਜੀ। ਹੁਣ ਆਪਾਂ ਇਸ ਤੋਂ ਅਗਲੇ ਚੱਲਦੇ, ਅਗਰ ਤੁਹਾਨੂੰ ਲੱਗੇ ਥੋੜ੍ਹਾ ਜਿਹਾ ਤੇਜ਼ ਆ ਤਾਂ ਮੈਨੂੰ ਦੱਸ ਦਿਓ। ਇਲ ਵਹੀਕਲ ਬੀ ਤਰਾਂਜੀਟ ਦਾ ਪ੍ਰੀਮਾ ਦੇ ਇਲ ਵਹੀਕਲ ਓ, ਇਹ ਬੇ ਬੀ ਨੇ ਓ ਤੋਂ ਪਹਿਲਾਂ ਲੰਘਣਾ। ਹਾਂਜੀ ਇੱਥੇ ਤੱਕ ਠੀਕ ਆ। ਇਹ ਦੋਪੋ ਈ ਵਹੀਕਲ ਐਲ ਏ ਆਕਾ, ਐਲ ਅਤੇ ਐਚ ਤੋਂ ਬਾਅਦ, ਇਹ ਵੀ ਠੀਕ ਆ ਜੀ, ਕਿਉਂਕਿ ਐਲ ਐਚ ਨੇ ਪਹਿਲਾਂ ਲੰਘ ਜਾਣਾ ਫਿਰ ਉਹਨੇ ਐਨੇ ਲੰਘਣਾ, ਇਸ ਕਰਕੇ ਇਹ ਵੀ ਵੇਰੋ ਇਸ ਕਰਕੇ ਬਣਦਾ। ਇਲ ਵਹੀਕਲ ਓ ਦੇਵੇ ਦਾਰੇ ਲਾ ਪ੍ਰਚੇ ਦੈਨਸਾ ਆਤੂਤੀ ਲਿਆਲਤਰੀ ਵਹੀਕਲ, ਫਿਰ ਜਿਹੜਾ ਉਹ ਆ ਉਹਨੇ ਸਾਰੀਆਂ ਹੀ ਗੱਡੀਆਂ ਨੂੰ ਪਹਿਲ ਦੇਣੀ ਹੈ। ਕਿਉਂ? ਕਿਉਂਕਿ ਇਹਨਾਂ ਨੂੰ ਤਾਂ ਪਹਿਲ ਦੇਣੀ ਦੇਣੀ ਹੈ, ਦਹਿਸ਼ਤਾ ਅਤੇ ਸਨੀਸ਼ਤਰ ਵਾਲੀਆਂ ਨੂੰ ਤਾਂ ਪਹਿਲ ਦੇਣੀ ਹੈ, ਉਸ ਤੋਂ ਬਾਅਦ ਆਹ ਗੱਡੀ ਇਹਦੇ ਮੂਹਰੇ ਆਉਂਦੀ ਹੈ, ਇਸ ਕਰਕੇ ਇਹਨੂੰ ਵੀ ਪਹਿਲ ਦੇਣੀ ਹੈ। ਇਹਦਾ ਮਤਲਬ ਕੀ ਬਣਦਾ ਵੀ ਉਹਨੇ ਸਾਰੀਆਂ ਹੀ ਗੱਡੀਆਂ ਨੂੰ ਪਹਿਲ ਦੇਣੀ ਹੈ, ਇਸ ਕਰਕੇ ਵੇਰਵਾ ਜੀ। ਹੁਣ ਅਸੀਂ ਆਪਣੇ ਅਗਲੇ ਸਵਾਲ ਨਾਲ ਚੱਲਦੇ ਹਾਂ। ਇਲ ਵਹੀਕਲ ਉਹ ਤਰਾਂਜੀਟ ਦਾ ਪ੍ਰੀਮਾ ਦੇ ਇਲਾਕਾ, ਫਿਰ ਉਹ ਨੇ ਐਚ ਤੋਂ ਪਹਿਲਾਂ ਲੰਘਣਾ, ਇੱਥੇ ਫਾਲਸ ਹੋ ਗਿਆ, ਤੋਂ ਅੱਗੇ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ, ਕਿਉਂਕਿ ਉਹ ਤਾਂ ਦਾਰੇ ਪ੍ਰੈਸੀਡੈਂਸ ਹੈ, ਉਹ ਐਚ ਤੋਂ ਪਹਿਲਾਂ ਨਹੀਂ ਲੰਘ ਸਕਦਾ, ਇਸ ਕਰਕੇ ਫਾਲਸ ਹੋਇਆ। ਇਲ ਵਹੀਕਲ ਉਹ ਤਰਾਂਜੀਟ ਦਾ ਪ੍ਰੀਮਾ ਦਿਲ ਵਹੀਕਲ ਆਕਾ, ਇਹ ਵੀ ਲਿਖਿਆ ਜੀ ਉਹਨੇ ਐਚ ਤੋਂ ਪਹਿਲਾਂ ਲੰਘਣਾ, ਉਸ ਤੋਂ ਬਾਅਦ ਨਹੀਂ ਤੁਸੀਂ ਲੈਣ ਨਾ ਪੜ੍ਹਨੇ, ਕਿਉਂਕਿ ਉਹਦੇ ਮੂਹਰੇ ਦਾਰੇ ਪ੍ਰੈਸੀਡੈਂਸ ਹੈ, ਇਸ ਕਰਕੇ ਉਹ ਆਹ ਜਿਹੜੀਆਂ ਮੇਨ ਰੋਡ ਵਾਲੀਆਂ ਗੱਡੀਆਂ ਇਹਨਾਂ ਤੋਂ ਪਹਿਲਾਂ ਕਿਸੇ ਵੀ ਹਾਲਤ ਵਿੱਚ ਨਹੀਂ ਚੱਲ ਸਕਦਾ, ਇਸ ਕਰਕੇ ਫਾਲਸ ਹੋ ਜਾਊ। ਇਲ ਵਹੀਕਲ ਬੀ ਤਰਾਂਜੀਟ ਦਾ ਫਿਰ ਪ੍ਰੀਮੂ, ਫਿਰ ਬੀ ਨੇ ਪਹਿਲਾਂ ਲੰਘਣਾ, ਇਹ ਫਾਲਸ ਹੋ ਗਿਆ, ਕਿਉਂਕਿ ਇਹਦੇ ਵੀ ਇੱਥੇ ਦਾਰੇ ਪ੍ਰੈਸੀ ਦੇ ਅਨੁਸਾਰ ਅਸੀਂ ਕਹਿੰਦੇ, ਇਸ ਕਰਕੇ ਪਹਿਲਾਂ ਕਿਸੇ ਵੀ ਹਾਲਤ ਵਿੱਚ ਨਹੀਂ ਲੰਘ ਸਕਦਾ। ਇਲ ਵਹੀਕਲ ਆਕਾ ਤਰਾਂਜੀਟ ਦਾ ਦੋਪੋ ਇਲ ਵਹੀਕਲ ਓ, ਫਿਰ ਐਚ ਨੇ ਓ ਤੋਂ ਬਾਅਦ ਲੰਘਣਾ, ਇਹ ਫਾਲਸ ਹੋ ਕਿਉਂ ਆ? ਕਿਉਂਕਿ ਓ ਦੇ ਕੋਲ ਦਾਰੇ ਪ੍ਰੈਸੀ ਦੇ ਅਨੁਸਾਰ ਹੈ, ਉਹ ਐਚ ਤੋਂ ਪਹਿਲਾਂ ਨਹੀਂ ਲੰਘ ਸਕਦਾ, ਇਸ ਕਰਕੇ ਫਾਲਸ ਹੋ ਜੀ। ਵੇਕਲੀ ਪਾਸਨ ਨੂੰ ਨਿਲਸੇ ਗੋਇਨ ਅਤੇ ਉੜਦੀ ਨੇ ਬੀ ਐਲ ਓ ਐਚ, ਕਹਿੰਦੇ ਜੀ ਪਹਿਲਾਂ ਲੰਘੂ ਬੀ ਲੰਘਣੀ, ਫਿਰ ਐਲ ਲੰਘਣੀ, ਫਿਰ ਓ ਲੰਘਣੀ, ਐਚ ਲੰਘਣੀ। ਹਾਂਜੀ, ਅਗਰ ਇਹਨਾਂ ਦੇ ਕੋਲ ਦਾਰੇ ਪ੍ਰੈਸੀ ਦੇ ਅਨੁਸਾਰ ਦਾ ਸਿਗਨਲ ਨਾ ਹੁੰਦਾ ਤਾਂ ਫਿਰ ਬੀ ਐਲ ਓ ਐਚ ਹੀ ਲੰਘਣੇ ਸੀਗੇ, ਪਰ ਓ ਅਤੇ ਬੀ ਦੇ ਕੋਲ ਦਾਰੇ ਪ੍ਰੈਸੀ ਦੇ ਅਨੁਸਾਰ ਦਾ ਹੋਣ ਕਰਕੇ ਬੀ ਅਤੇ ਜਿਹੜੀ ਓ ਆ ਇਹਨਾਂ ਨੇ ਐਂਡ 'ਤੇ ਲੰਘਣਾ, ਇਸ ਕਰਕੇ ਫਾਲਸ ਵਾ। ਅਗਲਾ ਸਵਾਲ ਦੇਖਦੇ ਹਾਂ ਆਪਾਂ ਜੀ। ਹੁਣ ਦੇਖੋ ਜੀ, ਐਚ ਆ ਐਚ ਦੇ ਕੋਲ ਹੈਗਾ ਦਾਰੇ ਪ੍ਰੈਸੀ ਦੇ ਅਨੁਸਾਰ, ਠੀਕ ਆ ਜੀ। ਇੱਧਰ ਆਪਣੇ ਏ ਦੇ ਕੋਲ ਵੀ ਦਾਰੇ ਪ੍ਰੈਸੀ ਦੇ ਅਨੁਸਾਰ, ਅਤੇ ਮੇਨ ਰੋਡ ਹੈਗਾ ਆ, ਕਿਉਂਕਿ ਆ ਲੀਨੀਆ ਤਰਤੇ ਜ਼ਿਆਦਾ, ਠੀਕ ਆ ਨਾ, ਇਹਦਾ ਮਤਲਬ ਆ ਹੈਗਾ ਪ੍ਰਿੰਸੀਪਲ ਆ ਰੋਡ, ਅਤੇ ਇੱਥੋਂ ਮੁੜਨ ਲਈ ਆਪਾਂ ਨੂੰ ਸਿਗਨਲ ਦੇਣ ਦੀ ਲੋੜ ਨਹੀਂ, ਇੰਡੀਕੇਟਰ ਦੇਣ ਦੀ ਲੋੜ ਨਹੀਂ। ਹੁਣ ਇਹ ਤੋਂ ਪਹਿਲਾਂ ਤੁਹਾਨੂੰ ਕੀ ਆਉਣਾ ਤੁਸੀਂ ਘਾਂਚਾ ਮਾਂਚਾ ਦੇਖਣ ਨਾਲ, ਇਹ ਦੇਖੋ ਐਚ ਅਤੇ ਏ ਇਹਨਾਂ ਨੇ ਇਹਨਾਂ ਦੋ ਗੱਡੀਆਂ ਤੋਂ ਬਾਅਦ ਲੰਘਣਾ। ਅਗਰ ਪਹਿਲਾਂ ਸੀ ਲੰਘਦੀ ਹੈ ਜੀ, ਸੀ ਲੰਘਦੀ ਆ
ਢਸੀ ਦੇ ਮੂਹਰੇ ਕੁਛ ਨਹੀਂ ਆਉਂਦਾ, ਕਿਉਂਕਿ ਸਮਝ ਲਓ ਆਹ ਗੱਡੀਆਂ ਫਿਲਹਾਲ ਹੈ ਨਹੀਂ। ਅਗਰ ਆਰ ਲੰਘਦੀ ਆ, ਆਰ ਨੇ ਇਸ ਪਾਸਿਓਂ ਲੰਘਣਾ ਅਤੇ ਆਰ ਦੇ ਇਸ ਪਾਸਿਓਂ ਆਹ ਵਾਲੀ ਗੱਡੀ ਜਾ ਰਹੀ ਹੈ ਅਤੇ ਇਹਦੀ ਆਰ ਦੀ ਲਾਈਨ ਕੱਟ ਹੁੰਦੀ ਹੈ, ਇਸ ਕਰਕੇ ਆਰ ਕਿਸੇ ਹਾਲਤ 'ਚ ਨਹੀਂ ਲੰਘਦੀ। ਅਗਰ ਸੀ ਇੱਦਾਂ ਲੰਘਦੀ ਆ ਤਾਂ ਸਿੱਧੀ ਲੰਘ ਸਕਦੀ ਆ। ਤੁਸੀਂ ਸੋਚਦੇ ਹੋ ਕਿ ਆਹ ਗੱਡੀ ਇਹਨੂੰ ਕੱਟਦੀ ਆ ਅਤੇ ਆਹ ਗੱਡੀ ਕੱਟਦੀ ਹੈ, ਨਹੀਂ ਕੱਟਦੀ। ਕਿਉਂ? ਕਿਉਂਕਿ ਇਸ ਨੇ ਵੀ ਪਹਿਲ ਦੇਣੀ ਆ ਅਤੇ ਇਸ ਨੇ ਵੀ ਪਹਿਲ ਦੇਣੀ ਹੈ। ਇਹਨਾਂ ਦੋਵਾਂ ਗੱਡੀਆਂ ਨੇ, ਇਸ ਗੱਡੀ ਨੇ ਅਤੇ ਇਸ ਗੱਡੀ ਨੇ, ਪਹਿਲਾਂ ਆਹ ਜਿਹੜੀਆਂ ਦੋ ਆ ਇਹਨਾਂ ਨੂੰ ਲੰਘਾਉਣਾ। ਇਹਦੇ ਵਿੱਚੋਂ ਪਹਿਲਾਂ ਆਰ ਲੰਘਣੀ, ਆ ਸੀ ਲੰਘੂਗੀ ਜੀ, ਸੀ ਤੋਂ ਬਾਅਦ ਆਰ ਨੇ ਲੰਘਣਾ। ਉਸ ਤੋਂ ਬਾਅਦ ਦੇਖੋ ਜੀ, ਅਗਰ ਐਚ ਲੰਘਦੀ ਆ ਤਾਂ ਏ ਮੂਹਰੇ ਆਉਂਦੀ, ਇਹਦਾ ਮਤਲਬ ਐਚ ਨਹੀਂ ਲੰਘਦੀ। ਉਸ ਤੋਂ ਬਾਅਦ ਏ ਨੇ ਲੰਘਣਾ, ਏ ਤੋਂ ਬਾਅਦ ਐਚ ਨੇ ਲੰਘਣਾ, ਠੀਕ ਹੈ ਨਾ ਜੀ। ਹੁਣ ਤੁਸੀਂ ਆਪਣਾ ਹਿਸਾਬ ਦੇਖ ਲਓ ਜੀ, ਇਹ ਆਪਣੇ ਲੰਘਣ ਦਾ ਹੈਗਾ ਸੀ ਆਰ, ਉਸ ਤੋਂ ਬਾਅਦ ਏ ਅਤੇ ਐਚ। ਹੁਣ ਸਵਾਲ ਵੱਲ ਦੇਖਦੇ ਹਾਂ। ਇਲ ਵਹੀਕਲ ਆ ਦੇਵਿਆ ਤੇਂਦਰ ਇਲ ਟ੍ਰਾਂਜੀਟੋ ਦੇ ਵਹੀਕਲ ਚੀ ਏ ਆਰ ਰੇ। ਇਹਨੂੰ ਉਡੀਕਣਾ ਪੈਣਾ ਕਿ ਸੀ ਅਤੇ ਆਰ ਗੱਡੀਆਂ ਲੰਘ ਜਾਣ, ਠੀਕ ਆ ਜੀ। ਇਹ ਵਹੀਕਲ ਹੀ ਤਰਾਂਜੀਤ ਨੂੰ ਨਿਲ ਸੇਗੋਇਨ ਅਤੇ ਔਰ ਦੀ ਨੇ ਚੀ ਆਰ ਰੇ ਆ ਆਕਾ। ਅਤੇ ਪਹਿਲਾਂ ਸੀ ਨੇ ਲੰਘਣਾ, ਫਿਰ ਆਰ ਨੇ ਲੰਘਣਾ, ਫਿਰ ਏ ਨੇ ਲੰਘਣਾ, ਫਿਰ ਐਚ ਨੇ ਲੰਘਣਾ, ਇਸ ਕਰਕੇ ਇਹ ਵੀ ਠੀਕ ਆ ਜੀ। ਹੁਣ ਆਪਾਂ ਅਗਲੇ ਵੱਲ ਦੇਖਦੇ ਹਾਂ ਜੀ। ਇਲ ਵਹੀਕਲ ਆਕਾ, ਵੀ ਜਿਹੜੀ ਐਚ ਆ ਦੇਵਿਆ ਤੇਂਦਰੇ ਇਲ ਤਰਾਂਜੀਤੋ ਦੇ ਵਹੀਕਲ ਚੀ ਆਰ ਰੇ ਆ। ਐਚ ਨੂੰ ਉਡੀਕਣਾ ਪੈਣਾ ਕਿ ਪਹਿਲਾਂ ਸੀ ਲੰਘੇ, ਫਿਰ ਆ ਲੰਘੇ, ਫਿਰ ਆ ਲੰਘੇ, ਫਿਰ ਐਚ ਲੰਘ ਸਕਦੀ। ਹਾਂਜੀ, ਕਿਉਂਕਿ ਉਹਨਾਂ ਨੇ ਤੁਰਨਾ ਹੀ ਇਸ ਹਿਸਾਬ ਨਾਲ, ਇਸ ਕਰਕੇ ਇਹ ਠੀਕ ਆ। ਕਿਉਂਕਿ ਐਚ ਅਤੇ ਏ ਪਹਿਲਾਂ ਲੰਘ ਨਹੀਂ ਸਕਦੀਆਂ, ਪਹਿਲਾਂ ਤਾਂ ਸੀ ਅਤੇ ਆਰ ਨੇ ਲੰਘਣਾ, ਉਹ ਤੋਂ ਬਾਅਦ ਏ ਨੇ ਲੰਘਣਾ, ਅਤੇ ਫਿਰ ਇਸ ਕਰਕੇ ਫਿਰ ਉਹ ਇਲ ਵਹੀਕਲ ਆਕਾ ਦੇਵੇ ਤਰਾਂਜੀਤ ਆਰੇ ਪਰ ਰੂਤੀ ਨੂੰ। ਫਿਰ ਸਭ ਤੋਂ ਐਂਡ 'ਤੇ ਐਚ ਦੀ ਵਾਰੀ ਆਉਣੀ ਲੰਘਣ ਦੀ। ਹਾਂਜੀ ਸਹੀ ਹੈ, ਕਿਉਂਕਿ ਸੀ ਆਰ ਏ ਅਤੇ ਐਚ, ਇਸ ਕਰਕੇ ਇਹ ਵੇਰ ਵਾ ਜੀ। ਇਹਦੇ ਵਿੱਚ ਕੋਈ ਹੈ ਨਹੀਂ, ਕਿਉਂਕਿ ਇਹ ਸਭ ਤੋਂ ਸੌਖੀ। ਅਗਰ ਹਾਂਜੀ ਹੋ ਸਕਦਾ ਆਪਾਂ ਨੂੰ ਇਹ ਔਖਾ ਲੱਗਣ, ਵੀ ਯਾਰ ਪਤਾ ਨਹੀਂ ਇਹ ਕਿਹੜੀ ਚੀਜ਼ ਆ, ਪਰ ਇਹ ਸਮਝਣਾ ਬਹੁਤ ਸੌਖਾ। ਸਭ ਤੋਂ ਪਹਿਲਾਂ ਆਪਾਂ ਆਹੀ ਚੀਜ਼ਾਂ ਦੇਖਣੀਆਂ ਵੀ ਦਾਰੇ ਪਰੇ 'ਚ ਦਿਨ ਸਕੇ ਇਹਨਾਂ 'ਤੇ। ਇਲ ਵਹੀਕਲ ਆਰ ਰੇ ਦੇਵਿਆ ਤੇਂਦਰ ਇਲ ਤਰਾਂਜੀਤੋ ਦੇ ਵਹੀਕਲ ਚੀ। ਵੀ ਆਰ ਨੂੰ ਰੁਕਣਾ ਪੈਣਾ ਹੈ ਕਿ ਪਹਿਲਾਂ ਸੀ ਲੰਘ ਜਾਵੇ, ਇਸ ਕਰਕੇ ਇਹ ਵੀ ਠੀਕ ਆ। ਇਲ ਵਹੀਕਲ ਚੀ ਪਾਸਾ ਪਿਰ ਪ੍ਰੀਮੋ, ਸੀ ਨੇ ਸਭ ਤੋਂ ਪਹਿਲਾਂ ਲੰਘਣਾ, ਇਹ ਵੀ ਬਿਲਕੁਲ ਠੀਕ ਆ ਜੀ, ਇਸ ਕਰਕੇ ਇਹ ਵੀ ਵੇਰਵਾ। ਕਹਿੰਦੇ ਜੀ ਗੱਡੀਆਂ ਲੰਘਣ ਦਾ ਓਰਡਰ ਇਹ ਹੈ ਸੀ ਆਰ ਐਚ। ਓਕੇ, ਸੀ ਵੀ ਲੰਘ ਗਈ, ਆਰ ਵੀ ਲੰਘ ਗਈ, ਉਸ ਤੋਂ ਬਾਅਦ ਜਿਹੜਾ ਨਹੀਂ ਐਚ ਕਿਹਾ, ਕਿਉਂ ਹੋ ਗਿਆ? ਅਗਰ ਐਚ ਪਹਿਲਾਂ ਲੰਘਦੀ ਤਾਂ ਇਹਦੇ ਮੂਹਰੇ ਈ ਆ ਜਾਂਦੀ, ਇਸ ਕਰਕੇ ਫਾਲਸ ਹੋ ਜਾਂਦਾ। ਇਲ ਵਹੀਕਲ ਚੀ ਦੇਵੇ ਅਤੇਂਦਰੇ ਇਲ ਤਰਾਂਜੀਤੋ ਦਿਲ ਵਹੀਕਲ ਵਾਕਾ। ਫਿਰ ਸੀ ਨੂੰ ਰੁਕਣਾ ਪੈਣਾ ਕਿ ਪਹਿਲਾਂ ਐਚ ਲੰਘ ਜਾਵੇ, ਫਾਲਸ ਹੋ। ਐਚ ਨੇ ਤਾਂ ਦਾਰੇ ਪ੍ਰੈਸੀਡੈਂਸਾ ਕਰਨਾ, ਇਸ ਤਰ੍ਹਾਂ ਸ਼ਨੀਸ਼ਤਾ, ਇਸ ਕਰਕੇ ਇਹ ਫਾਲਸ ਹੋ। ਆਪਾਂ ਹੁਣ ਅਗਲੇ 'ਚ ਚੱਲਦੇ ਹਾਂ। ਇੱਥੇ ਇਲ ਵਹੀਕਲ ਆ ਦੇਵੇ ਅਤੇਂਦਰੇ ਇਲ ਤਰਾਂਜੀਤੋ ਦਿਲ ਵਹੀਕਲ ਵਾਕਾ। ਵੀ ਜਿਹੜੀ ਏ ਆ, ਇਹ ਗੱਡੀ ਨੂੰ ਰੁਕਣਾ ਪੈਣਾ ਆ ਵੀ ਪਹਿਲਾਂ ਐਚ ਗੱਡੀ ਲੰਘ ਜਾਵੇ, ਇਹ ਫਾਲਸ ਹੋ। ਕਿਉਂਕਿ ਐਚ ਏ ਨੇ ਤਾਂ ਪਹਿਲਾਂ ਲੰਘ ਜਾਣਾ, ਫਿਰ ਹੀ ਐਚ ਲੰਘ ਸਕਦੀ, ਇਸ ਕਰਕੇ ਫਾਲਸ ਹੋ। ਇਲ ਵਹੀਕਲ ਆਰ ਰੇ ਦੇਵੇ ਅਤੇਂਦਰੇ ਇਲ ਤਰਾਂਜੀਤੋ ਦਿਲ ਵਹੀਕਲ ਆਕਾ ਏ ਆ। ਵੀ ਜਿਹੜੀ ਆਰ ਗੱਡੀ ਆ, ਉਹਨੂੰ ਆਰ ਗੱਡੀ, ਇਹਨੂੰ ਡੀਕਣਾ ਪੈਣਾ ਕਿ ਪਹਿਲਾਂ ਐਚ ਅਤੇ ਏ ਲੰਘ ਜਾਣਾ, ਇਹ ਫਾਲਸ ਹੋ। ਕਿਉਂ ਆ? ਕਿਉਂਕਿ ਐਚ ਦੇ ਕੋਲ ਦਾਰੇ ਪਰੇਚੇ ਦੇ ਅਨਸਰ ਦਾ ਸਿਗਨਲ, ਤਾਂ ਇੱਧਰ ਏ ਦੇ ਕੋਲ ਦਾਰੇ ਪਰੇਚੇ ਦੇ ਅਨਸਰ ਦਾ ਸਿਗਨਲ ਹੈ, ਇਸ ਕਰਕੇ ਇਹ ਪਹਿਲਾਂ ਨਹੀਂ ਲੰਘ ਸਕਦੀਆਂ, ਇਸ ਕਰਕੇ ਫਾਲਸ ਹੁੰਦਾ ਜੀ। ਇਲ ਵਹੀਕਲ ਚੀ ਦੇਵੇ ਅਤੇਂਦਰੇ ਇਲ ਤਰਾਂਜੀਤੋ ਦੇ ਵਹੀਕਲ ਆਰ ਰੇ ਆਕਾ। ਵੀ ਸੀ ਨੂੰ ਰੁਕਣਾ ਪੈਣਾ ਪਹਿਲਾਂ, ਆਰ ਏ ਅਤੇ ਐਚ ਲੰਘ ਜਾਣ, ਫਿਰ ਉਹ ਲੰਘ ਸਕਦਾ, ਫਾਲਸ ਹੋ। ਕਿਉਂਕਿ ਸੀ ਨੇ ਸਭ ਤੋਂ ਪਹਿਲਾਂ ਲੰਘਣਾ, ਇਸ ਕਰਕੇ ਫਾਲਸ ਹੋ। ਇਲ ਵਹੀਕਲ ਆਰ ਰੇ ਦੇਵੇ ਅਤੇਂਦਰੇ ਇਲ ਤਰਾਂਜੀਤੋ ਦਿਲ ਵਹੀਕਲ ਆਕਾ। ਫਿਰ ਆਰ ਨੂੰ ਰੁਕਣਾ ਪੈਣਾ ਕਿ ਪਹਿਲਾਂ ਜਿਹੜੀ ਐਚ ਆ, ਸਭ ਤੋਂ ਪਹਿਲਾਂ ਇਹ ਨਿਕਲ ਜਾਵੇ। ਸੱਚੀ ਈਮੇਲ ਕਰਨੀ ਸੀ, ਮੈਨੂੰ ਚੇਤੇ ਆ ਗਿਆ, ਨਾਲ ਦੀ ਨਾਲ ਈਮੇਲ ਨਹੀਂ ਕਰ ਪਾਉਂਦਾ। ਤੇਰੀ ਓਕੇ, ਈਮੇਲ ਬਾਅਦ 'ਚ ਕਰਦਾ, ਮੈਨੂੰ ਪਤਾ ਨਹੀਂ ਕੀ ਹੋ ਜਾਣਾ ਸੀ ਹੁਣ। ਚਲੋ ਕਿਤੇ ਨਹੀਂ, ਕੋਈ ਗੱਲ ਨਹੀਂ। ਆਪਾਂ ਹੁਣ ਚੱਲਦੇ ਹਾਂ ਅਗਲੇ ਸਵਾਲ ਵੱਲ। ਰਿਕਾਰਡਿੰਗ ਕਰ ਲੈਂਦਾ ਬਾਅਦ 'ਚ ਕਰਦਾ ਈਮੇਲ, ਫਿਰ ਉਹਨੇ ਕਹਿਣਾ ਈਮੇਲ ਨਹੀਂ ਕੀਤੀ।
il veicolo S transita ਇਹਦੇ ਵਿੱਚ ਪਹਿਲਾਂ ਬਾਅਦ ਦੀਆਂ ਗੱਲਾਂ ਦੇਖੋ ਜੀ ਪਹਿਲਾਂ ਹੀ ਦੇਖੋ ਈ ਤੇ ਆਰ ਨਹੀਂ ਲੰਘ ਸਕਦੇ ਕਿਉਂਕਿ ਇਹਨਾਂ ਦੇ ਮੂਹਰੇ ਪ੍ਰੈਸੀਡੈਂਸ ਹੈ ਪ੍ਰੈਸੀਡੈਂਸ ਹੈ ਦਾ ਮਤਲਬ ਇਹਨੇ ਦੈਸਤਰਾ ਤੇ ਸਨੀਸਤਰਾ ਪ੍ਰੈਸੀਡੈਂਸ ਦੇਣਾ ਉਦਾਂ ਹੀ ਇਹਨੇ ਵੀ ਦੈਸਤਰਾ ਤੇ ਸਨੀਸਤਰਾ ਪ੍ਰੈਸੀਡੈਂਸ ਦੇਣਾ ਹੁਣ ਬਚੀਆਂ ਗੱਡੀਆਂ ਕਿਹੜੀਆਂ ਅਗਰ ਇਹ ਗੱਡੀ ਪਹਿਲਾਂ ਲੰਘਦੀ ਹੈ ਤਾਂ ਇਹਦੇ ਦੈਸਤਰਾ ਆਉਣ ਐਸਾਂ ਦੀ ਦਾ ਮਤਲਬ ਪਹਿਲਾਂ ਐਸ ਲੰਘੂਗੀ ਫਿਰ ਏ ਲੰਘੂਗੀ ਉਸ ਤੋਂ ਬਾਅਦ ਈ ਲੰਘੂਗੀ ਤੇ ਫਿਰ ਆਰ ਲੰਘੂਗੀ ਸੌਖਾ ਹੀ ਕੰਮ ਇਲ ਵੇਹੀਕਲੋ ਐਸ ਪਾਸਾ ਪ੍ਰੀਮਾ ਦਿਲ ਵੇਹੀਕਲੋ ਆਰ ਫਿਰ ਐਸ ਨੇ ਆਰ ਤੋਂ ਪਹਿਲਾਂ ਲੰਘਣਾ ਹਾਂਜੀ ਕਿਉਂਕਿ ਆਰ ਨੇ ਤਾਂ ਤਾਰੇ ਪ੍ਰੈਸੀਡੈਂਸ ਆ ਜਿਹੜਾ ਐਸ ਨੇ ਈ ਤੇ ਆਰ ਦੋਹਾਂ ਤੋਂ ਪਹਿਲਾਂ ਲੰਘਣਾ ਇਸ ਕਰਕੇ ਵੇਟ ਇਲ ਵੇਹੀਕਲੋ ਆਸੇ ਤਰਾਂਜ਼ਿਤਾ ਪ੍ਰੀਮਾ ਦੀ ਤੁੱਤੀ ਲਿਆਲ ਤੇਰੀ ਵੇਹੀਕਲ ਕਿਉਂਕਿ ਸਭ ਤੋਂ ਪਹਿਲਾਂ ਐਸ ਲੰਘਦੀ ਹੈ ਹਾਂਜੀ ਇਹ ਵੀ ਬਿਲਕੁਲ ਸਹੀ ਹੈ ਕਿਉਂਕਿ ਸਭ ਤੋਂ ਪਹਿਲਾਂ ਐਸ ਨੇ ਹੀ ਲੰਘਣਾ ਹੈ ਜੀ ਇਸ ਕਰਕੇ ਵੇਰਵਾ ਸਵਾਲ ਹੈ ਜੀ ਇਹ ਵੇਹੀਕਲ ਤਰਾਂਜ਼ਿਤਾ ਨੂੰ ਨਿਲ ਸੇਗਵੈਨ ਤੇ ਔਰਦਨ ਪਹਿਲਾਂ ਐਸ ਲੰਘੂਗੀ ਹਾਂਜੀ ਠੀਕ ਆ ਉਸ ਤੋਂ ਬਾਅਦ ਏ ਨੇ ਲੰਘਣਾ ਉਸ ਤੋਂ ਬਾਅਦ ਈ ਨੇ ਲੰਘਣਾ ਤੇ ਫਿਰ ਆਰ ਨੇ ਲੰਘਣਾ ਇਸ ਕਰਕੇ ਇਹ ਵੀ ਠੀਕ ਆ ਜੀ il veicolo A deve dare la precedenza al veicolo S ਫਿਰ ਜਿਹੜੀ A ਆ ਉਹਨੇ S ਨੂੰ ਪਹਿਲ ਦੇਣੀ ਆ ਹਾਂਜੀ ਕਿਉਂਕਿ ਆ ਇਹਦੇ ਦੈਸਤਰਾ ਦੇ ਮੂਹਰੇ ਆਉਣਾ ਜਿਹੜੇ ਨੇ ਇੱਥੇ ਆ ਜਾਣਾ ਨਾ ਤਾਂ ਇਹਦੇ ਮੂਹਰੇ ਗੱਡੀ ਆਉਂਦੀ ਇਸ ਕਰਕੇ ਦੇਵੇ ਦਾਰ ਲਿਆ ਪ੍ਰੈਸੀਡੈਂਸ ਆ ਦੈਸ ਇਸ ਕਰਕੇ ਇਹ ਵੀ ਬਿਲਕੁਲ ਸਹੀ ਸਵਾਲ ਆ ਜੀ ਹੁਣ ਅਸੀਂ ਆਪਣੇ ਅਗਲੇ ਸਵਾਲ ਵੱਲ ਚੱਲਦੇ ਹਾਂ ਜੀ il veicolo R transita per ultimo ਫਿਰ ਸਭ ਤੋਂ ਐਂਡ ਤੇ R ਨੇ ਜਾਣਾ ਸਹੀ ਹੈ ਜੀ ਕਿਉਂਕਿ ਪਹਿਲਾਂ S ਨੇ ਫਿਰ A ਨੇ ਫਿਰ E ਨੇ ਐਂਡ ਤੇ R ਦੀ ਵਾਰੀ ਆਣੀ ਇਸ ਕਰਕੇ ਇਹ ਬਿਲਕੁਲ il veicolo A deve attendere il transito del veicolo R ਫਿਰ ਜਿਹੜੀ E ਆ ਇਹਨੂੰ ਡੀਕਣਾ ਪੈਣਾ ਵੀ ਪਹਿਲਾਂ R ਲੰਘ ਜਾਵੇ ਇਹ ਫਾਲਸ ਕਿਉਂ ਕਿਉਂਕਿ R ਨੇ ਤਾਂ ਐਂਡ ਤੇ ਲੰਘਣਾ ਇਸ ਕਰਕੇ ਇਹਨੂੰ ਕਿਸੇ ਨੂੰ ਡੀਕਣਾ ਨਹੀਂ ਪੈਣਾ ਵੀ ਕੌਣ ਪਹਿਲਾਂ ਲੰਘਦੀ ਹੈ ਜਾਂ ਕੌਣ ਬਾਅਦ ਵਿੱਚ ਲੰਘਦੀ ਹੈ ਇਸ ਕਰਕੇ ਫਾਲਸ ਹੋ ਇਲ ਵੇਹੀਕਲ ਆਰ ਇੰਪੇਗਨਾ ਪਰ ਪ੍ਰੀਮੋ ਲਿੰਕਰੋਚੋ ਤੇ ਜਿਹੜੀ ਆਰ ਆ ਇਹਨੇ ਸਭ ਤੋਂ ਪਹਿਲਾਂ ਤੁਰਨਾ ਤੇ ਇੱਥੇ ਗੱਬੇ ਰੁਕ ਜਾਣਾ ਇਹ ਫਾਲਸ ਹੋ ਕਿਉਂਕਿ ਆਰ ਤਾਂ ਪਹਿਲਾਂ ਤੁਰੇ ਨਹੀਂ ਸਕਦੀ ਪ੍ਰੀਮੋ ਦੀ ਤੁੱਤੀ ਇਹਦੇ ਕੋਲ ਆਧਾਰੇ ਪ੍ਰੈਸੀਡੈਂਸ ਆ ਉਹ ਤੋਂ ਅੱਗੇ ਪੜ੍ਹਨ ਦੀ ਲੋੜ ਹੀ ਨਹੀਂ ਆਪਾਂ ਨੂੰ ਇਲ ਵੇਹੀਕਲ ਆਰ ਦੇਵੇ ਤਰਾਂਜ਼ਿਤਾਰੇ ਦੋ ਵਿਲ ਵੇਹੀਕਲ ਏ ਏ ਨੇ ਕਹਿੰਦੇ ਈ ਤੋਂ ਬਾਅਦ ਲੰਘਣਾ ਫਾਲਸ ਹੋ ਕਿਉਂਕਿ ਈ ਦੇ ਕੋਲ ਦਾਰੇ ਪ੍ਰੈਸੀਡੈਂਸ ਹੈ ਇਸ ਕਰਕੇ ਇਹ ਉਹ ਤੋਂ ਪਹਿਲਾਂ ਲੰਘਦੀ ਇਸ ਕਰਕੇ ਫਾਲਸ ਹੋ ਇਲ ਵੇਹੀਕਲ ਆ ਟ੍ਰਾਂਜ਼ਿਟਾ ਪਰ ਉਲਟੀਮੋ ਫਿਰ ਜਿਹੜਾ ਏ ਆ ਉਹਨੇ ਐਂਡ ਤੇ ਲੰਘਣਾ ਫਾਲਸ ਹੋ ਪਹਿਲੀ ਗੱਲ ਇਹਨੂੰ ਦੇਖ ਕੇ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿਉਂਕਿ ਇੱਧਰ ਈ ਤੇ ਆਰ ਦੇ ਕੋਲ ਪ੍ਰੈਸੀਡੈਂਸ ਹੈ ਤਾਂ ਮਤਲਬ ਇਹਨਾਂ ਦੋਹਾਂ ਵਿੱਚੋਂ ਕਿਸੇ ਇੱਕ ਨੇ ਐਂਡ ਤੇ ਲੰਘਣਾ ਇਹ ਤਾਂ ਮੇਨ ਰੋਡ ਤੇ ਹੈ ਇਹ ਪਹਿਲੀਆਂ ਚੋਂ ਇਸ ਕਰਕੇ ਫਾਲਸ ਹੋ ਜੀ ਸੌਖਾ ਜਿਹਾ ਕੰਮ ਇਹ ਤਰਾਂਜ਼ਿਤਾ ਨੂੰ ਨਿਲ ਸੇਗਵੈਨ ਤੇ ਔਰਦਨ ਈ ਆਰ ਐਸ ਏ ਕਹਿੰਦੀ ਇਹਨਾਂ ਨੇ ਐਸਾ ਨਾ ਤੁਰਨਾ ਪਹਿਲਾਂ ਈ ਲੰਘੂਗੀ ਤੇ ਆਰ ਲੰਘੂਗੀ ਫਾਲਸ ਹੋ ਇਹ ਤੋਂ ਅੱਗੇ ਪੜ੍ਹਨ ਦੀ ਲੋੜ ਨਹੀਂ ਕਿਉਂਕਿ ਦੋਵਾਂ ਨੇ ਪ੍ਰੈਸੀਡੈਂਸਾਂ ਦੇਣਾ ਇਸ ਕਰਕੇ ਦੋ ਪਹਿਲਾਂ ਨਹੀਂ ਲੰਘ ਸਕਦੀਆਂ ਇਲ ਵੇਹੀਕਲ ਆ ਦੇਵੇ ਅਤੇਂਦਰ ਕੇ ਸ਼ੀਆ ਨੂੰ ਤਰਾਂਜ਼ਿਤਾਤੀ ਜਾਂ ਫਿਰ ਪਰਸਾਤੀ ਵੇਹੀਕਲੀ ਐਸ ਏ ਤੇ ਏ ਏ ਨੂੰ ਕਹਿੰਦੇ ਡੀਕਣਾ ਪੈਣਾ ਕਿ ਐਸ ਲੰਘ ਜਾਵੇ ਇੱਥੇ ਤੱਕ ਠੀਕ ਆ ਤੇ ਕਹਿੰਦੇ ਈ ਵੀ ਲੰਘ ਜਾਵੇ ਇੱਥੇ ਫਾਲਸ ਹੋ ਗਿਆ ਕਿਉਂਕਿ ਈ ਨੂੰ ਉਹਨੂੰ ਹਸਪਤਾਲੇ ਕਰਨ ਦੀ ਕੋਈ ਲੋੜ ਨਹੀਂ ਉਹ ਡੀਕਣ ਦੀ ਕਿਉਂਕਿ ਈ ਦੇ ਮੂਹਰੇ ਆ ਦਾਰੇ ਪ੍ਰੈਸੀਡੈਂਸਾਂ ਦਾ ਸਿਗਨਲ ਜਿੱਦਾਂ ਕਿ ਤੁਸੀਂ ਸਾਰੇ ਸਿਗਨਲ ਪੜ੍ਹੇ ਉਹਨਾਂ 'ਚ ਦਾਰੇ ਪ੍ਰੈਸੀਡੈਂਸਾਂ ਦਾ ਮਤਲਬ ਇਹ ਹੈ ਕਿ ਜਿਹੜੀ ਆਉਣ ਵਾਲੀਆਂ ਗੱਡੀਆਂ ਉਹਨਾਂ ਨੂੰ ਪਹਿਲਾਂ ਅਸੀਂ ਪਹਿਲ ਦੇਣੀ ਹੈ ਸੱਜੇ ਦੈਸਤਰਾ ਅਤੇ ਸੀਸਤਰਾ ਸੱਜੇ ਅਤੇ ਖੱਬੇ ਪਾਸੇ ਆਹ ਸਿਗਨਲ ਦੇਖੋ ਜੀ ਇਲ ਵੇਹੀ ਇਹਦੇ ਵਿੱਚ ਹੁਣ ਤੁਸੀਂ ਦੇਖੋ ਇੱਥੇ ਕੋਈ ਦਾਰੇ ਪ੍ਰੈਸੀਡੈਂਸ ਦਾ ਸਿਗਨਲ ਨਹੀਂ ਨਾ ਇੱਥੇ ਅਤੇ ਨਾ ਹੀ ਇੱਥੇ ਦਾ ਮਤਲਬ ਹੁਣ ਨੋਰਮਲ ਆ ਅਗਰ ਪਹਿਲਾਂ ਏ ਗੱਡੀ ਲੈ ਕੇ ਜਾਂਦਾ ਆ ਤਾਂ ਉਹਦੇ ਇੱਧਰ ਦੈਸਤਰਾ ਤੋਂ ਆਰ ਆਉਂਦੀ ਹੈ ਇਸ ਕਰਕੇ ਏ ਨਹੀਂ ਜਾ ਸਕਦਾ ਅਗਰ ਸਭ ਤੋਂ ਪਹਿਲਾਂ ਆਰ ਗੱਡੀ ਲੈ ਕੇ ਜਾਂਦਾ ਹੈ ਤਾਂ ਆਰ ਦੇ ਮੂਹਰੇ ਐਨ ਆ ਜਾਂਦੀ ਹੈ ਇਹਦਾ ਮਤਲਬ ਐਨ ਆਰ ਵੀ ਗੱਡੀ ਲੈ ਕੇ ਨਹੀਂ ਜਾ ਸਕਦਾ ਹੁਣ ਉਸ ਤੋਂ ਬਾਅਦ ਕਿਆ ਹੁੰਦਾ ਅਗਰ ਉਸ ਤੋਂ ਪਹਿਲਾਂ ਐਨ ਆਉਂਦੀ ਆ ਤੁਰਦੀ ਹੈ ਅਤੇ ਐਨ ਦੇ ਮੂਹਰੇ ਏ ਆ ਜਾਂਦੀ ਹੈ ਗੱਡੀ ਹੁਣ ਤਿੰਨੇ ਹੀ ਗੱਡੀਆਂ ਪਹਿਲਾਂ ਨਹੀਂ ਤੁਰ ਸਕਦੀਆਂ ਇਹਦਾ ਕੀ ਮਤਲਬ ਬਣਦਾ ਇਹਦਾ ਮਤਲਬ ਬਣਦਾ ਇਹਨਾਂ ਤਿੰਨਾਂ ਦੇ ਵਿੱਚ ਇੱਕ ਗੱਡੀ ਨੇ ਤੁਰ ਕੇ ਗੱਬੇ ਖੜ੍ਹ ਜਾਣਾ ਹੁਣ ਅਗਰ ਇਹ ਜਾ ਕੇ ਇੱਥੇ ਗੱਬੇ ਖੜ੍ਹ ਜਾਂਦੀ ਹੈ ਇਸ ਜਗ੍ਹਾ 'ਤੇ ਠੀਕ ਹੈ ਜੀ ਇੱਥੇ ਮੰਨ ਲਓ ਉਹ ਖੜ੍ਹ ਗਈ ਉਸ ਤੋਂ ਬਾਅਦ ਆਰ ਦਾ ਤਾਂ ਰਸਤਾ ਰੋਕ ਲਿਆ ਉਹਨੇ ਇਹਦਾ ਮਤਲਬ ਉਹਨੂੰ ਖੜ੍ਹਨ ਦਾ ਇੱਥੇ ਕੋਈ ਫਾਇਦਾ ਨਹੀਂ ਹੋਇਆ ਅਗਰ ਆਰ ਇੱਥੇ ਜਾਂਦੀ ਹੈ
ਉਹਨੇ A ਦਾ ਵੀ ਰਾਸਤਾ ਰੋਕ ਲਿਆ ਤੇ E N ਦਾ ਵੀ ਰੋਕ ਲਿਆ, ਇਹਦਾ ਵੀ ਕੋਈ ਫਰਕ ਨਹੀਂ ਪੈਂਦਾ। ਹੁਣ ਕੀ ਉਹਨਾਂ ਦੇ ਵਿੱਚ ਹੋ ਸਕਦਾ ਕਿ N ਨੇ ਸਭ ਤੋਂ ਪਹਿਲਾਂ ਲੰਘ ਕੇ ਆਪਣੀ ਗੱਡੀ ਇੱਥੇ ਰੋਕ ਲੈਣੀ ਹੈ, ਠੀਕ ਹੈ ਜੀ। ਜਦੋਂ ਉਹਨੇ ਗੱਡੀ ਆਪਣੀ ਇੱਥੇ ਰੋਕ ਲਈ ਤਾਂ R ਆਪਣੀ ਗੱਡੀ ਲੈ ਕੇ ਲੰਘ ਸਕਦੀ ਹੈ, ਜਦੋਂ R ਲੰਘ ਗਈ ਤਾਂ ਫਿਰ A ਵੀ ਲੰਘ ਸਕਦੀ ਹੈ, ਅਤੇ ਜਦੋਂ A ਲੰਘ ਗਈ ਤਾਂ ਫਿਰ N ਵੀ ਲੰਘ ਸਕਦੀ ਹੈ। ਇਹ ਹੁਣ ਥੋੜ੍ਹਾ ਜਿਹਾ ਤੁਹਾਨੂੰ ਬਾਅਦ 'ਚ ਮੈਂ ਕਿਸੇ ਦੂਏ 'ਚ ਸਮਝਾਊਂਗਾ, ਇਹ ਤਾਂ ਥੋੜ੍ਹਾ ਜਿਹਾ ਸਮਝਣਾ ਔਖਾ ਹੈ। ਹੁਣ ਇੱਧਰ ਸਵਾਲ ਵਿੱਚ ਦੇਖੀਏ ਵੀ ਇਲ ਕੋਂਦੂ ਚੈਂਤੇ ਤੇ ਵੀ ਕੋਲ ਐਨ ਏ ਕੋਂਕਲੂ ਦੇ ਫਿਰ ਰੂਲਤੀ ਨੂੰ ਅਥਰਾ ਵਿਰਸਾ ਮੈਨ ਤੋਂ ਨਹੀਂ ਕਰੋਚੋ ਵੀ ਐਨ ਦਾ ਡਰਾਈਵਰ ਆ ਉਹਨੇ ਸਭ ਤੋਂ ਐਂਡ 'ਤੇ ਲੰਘਣਾ, ਹਾਂਜੀ, ਕਿਉਂਕਿ ਐਂਡ ਦੇ ਡਰਾਈਵਰ ਨੇ ਆ ਕੇ ਆਪਣੇ ਚੈਂਤਰ ਦੇ ਲਸਰਾ ਦਾ ਰੁਕ ਜਾਣਾ, ਅਤੇ ਆਹ ਜਿਹੜਾ ਹੀ ਆ ਆਰ ਨੇ ਲੰਘ ਜਾਣਾ ਅਤੇ ਫਿਰ ਏ ਨੇ ਲੰਘ ਜਾਣਾ, ਐਂਡ 'ਤੇ ਐਂਡ ਲੰਘਣਾ, ਇਸ ਗੱਲ ਠੀਕ ਹੈ। ਐਨ ਏ ਦੇ ਵਿਦਾਰੇ ਲਾ ਪ੍ਰੈਜ਼ੀਡੈਂਸਲ ਵੀ ਕੋਲ ਆ, ਫਿਰ ਐਨ ਨੇ ਪ੍ਰੈਜ਼ੀਡੈਂਸਾ ਏ ਨੂੰ ਦੇਣਾ, ਹਾਂਜੀ ਇਹ ਵੀ ਠੀਕ ਹੈ ਜੀ, ਕਿਉਂਕਿ ਤਿੰਨੇ ਗੱਡੀਆਂ ਨੇ ਤਿੰਨਾਂ ਨੂੰ ਹੀ ਪ੍ਰੈਜ਼ੀਡੈਂਸਾ ਦੇਣਾ, ਇਸ ਕਰਕੇ ਇਹ ਵੇਰੋ ਆ। ਐਨ ਏ ਨੋਨਾ ਪ੍ਰੈਜ਼ੀਡੈਂਸਾ ਰਿਸਪੈਕਟੋ ਆ ਵੀ ਕੋਲ ਐਰ ਰੇ, ਫਿਰ ਐਨ ਨੇ ਆਰ ਨੂੰ ਪ੍ਰੈਜ਼ੀਡੈਂਸਾ ਨਹੀਂ ਦੇਣਾ, ਇਹ ਵੀ ਠੀਕ ਹੈ ਜੀ, ਕਿਉਂਕਿ ਐਨ ਨੇ ਸਿਰਫ ਇਸ ਗੱਡੀ ਨੂੰ ਏ ਨੂੰ ਪ੍ਰੈਜ਼ੀਡੈਂਸਾ ਦੇਣਾ, ਆਰ ਨੂੰ ਉਹਨੇ ਪ੍ਰੈਜ਼ੀਡੈਂਸਾ ਨਹੀਂ ਦੇਣਾ, ਇਸ ਕਰਕੇ ਅਗਰ ਉਹ ਇੱਥੇ ਰੁਕਦਾ ਆ ਤਾਂ ਆਰ ਲੰਘ ਜਾਂਦੀ ਹੈ। ਹੁਣ ਦੇਖ ਰਹੇ ਜੀ ਇਨ ਫਿਗੂਰ ਵੀ ਕੋਲ ਐਨ ਵੋ ਕੁੰਕਰੂਦਰੇ ਦਾ ਮਨੂਵਰਾ ਮਨੋਵਰਾ ਦਿਸ ਵੋਲਤਾ ਅਸੀਂ ਇਸ ਤਰ੍ਹਾਂ ਦੋ ਪੁਲ ਟ੍ਰਾਂਸਿਟੋ ਦੇ ਵਹੀਕਲ ਆਰ ਰਹੇ ਤੇ ਆ, ਅਤੇ ਜਦੋਂ ਆਰ ਅਤੇ ਐਨ ਗੱਡੀਆਂ ਦੋਵੇਂ ਲੰਘ ਜਾਂਦੀਆਂ ਨਾ ਤਾਂ ਫਿਰ ਐਨ ਵੀ ਆਪਣੀ ਗੱਡੀ ਲੰਘਾ ਸਕਦੀ ਹੈ, ਇਹ ਵੀ ਵੇਰੋ ਜੀ, ਇਹਨੂੰ ਯੂਟਿਊਬ ਲਾ ਦਾ ਭਾਅ ਜੀ, ਇਹ ਠੀਕ ਆ ਜੀ, ਕਿਉਂਕਿ ਹੋ ਹੀ ਇੱਦਾਂ ਸਕਦਾ। ਹੁਣ ਆਪਾਂ ਅਗਲੇ ਸਵਾਲ ਵੱਲ ਜਾਂਦੇ ਹਾਂ ਜੀ, ਸਾਡਾ ਹੀ ਇਲ ਵਹੀਕਲੋ ਐਨ ਏ ਵੀ ਜਿਹੜੀ ਐਨ ਦੋ ਪੋਐਸਰਸ਼ਿਪ ਉਰਤਾ ਤੋਂ ਅਲਚੈਂਤਰੋ ਦਾ ਲਿੰਕ ਰੋਚੋ, ਵੀ ਜਦੋਂ ਉਹ ਇੱਥੇ ਸੈਂਟਰ ਵਿੱਚ ਆ ਕੇ ਖੜ ਜਾਂਦੀ ਹੈ, ਇੱਥੇ ਆ ਕੇ ਖੜ ਜਾਂਦੀ ਹੈ, ਅਸ਼ਲੂ ਤੇ ਦੇਵੇ ਅਤੇਂਦਰ ਇਲਤਰਾਂਸ਼ਤ ਦੀ ਐਰ ਰਿਹਾ, ਉਹਨੂੰ ਡੀਕਣਾ ਪੈਣਾ ਕਿ ਪਹਿਲਾਂ ਆਰ ਲੰਘ ਜੇ ਤੇ ਫਿਰ ਏ ਲੰਘ ਜੇ, ਅਛੂ ਛੱਡਿਓ ਭਾਜੀ ਜੀਰੋ ਦੱਬ ਕੇ ਸਭ ਤੋਂ ਪਹਿਲਾਂ ਜੀ ਐਨ ਨੇ ਲੰਘਣਾ, ਇਹ ਫਾਲਸ ਹੋ ਜਾਂਦਾ ਕਿਉਂਕਿ ਐਨ ਸਭ ਤੋਂ ਪਹਿਲਾਂ ਲੰਘ ਨਹੀਂ ਸਕਦੀ, ਐਨ ਨੇ ਆ ਕੇ ਗੱਡੀ ਆਪਣੀ ਸੈਂਟਰ ਵਿੱਚ ਲਾ ਲੈਣੀ, ਇਸ ਕਰਕੇ ਉਹ ਪਹਿਲਾਂ ਨਹੀਂ ਲੰਘ ਸਕਦੀ। ਆਵਾਜ਼ ਥੋੜ੍ਹੀ ਜਿਹੀ ਘੱਟ ਕਰ ਦਿੰਦੇ ਨੇ, ਹਾਂਜੀ, ਇਸ ਕਰਕੇ ਇਹਨਾਂ ਸਭ ਤੋਂ ਪਹਿਲਾਂ ਨਹੀਂ ਲੰਘ ਸਕਦੀ। ਫਿਰ ਤੋਂ ਅਗਲੇ ਚ ਦੇਖਦੇ ਹਾਂ ਜੀ ਸਵਾਲ, ਵਹੀਕਲੋ ਐਨ ਏ ਦੇ ਵਿਦਾਰੇ ਲਾ ਪ੍ਰੈਜ਼ੀਡੈਂਸਲ ਵਹੀਕਲੋ ਆਰ, ਫਿਰ ਐਨ ਨੇ ਆਰ ਨੂੰ ਪਹਿਲ ਦੇਣੀ ਹੈ ਜੀ, ਐਨ ਦਾ ਆਰ ਵੱਲ ਕੋਈ ਚੱਕਰ ਨਹੀਂ ਹੈਗਾ, ਐਨ ਨੇ ਸਿਰਫ ਪ੍ਰੈਜ਼ੀਡੈਂਸਾ ਏ ਗੱਡੀ ਨੂੰ ਦੇਣਾ, ਇਸ ਕਰਕੇ ਫਾਲਸ। ਐਨ ਏ ਨੋਨਾ ਲਾ ਪ੍ਰੈਜ਼ੀਡੈਂਸਾ ਰਿਸਪੈਕਟੋ ਆ, ਵੀ ਜਿਹੜੀ ਏ ਆ ਏ ਨੇ ਐਨ ਐਨ ਨੇ ਆ ਏ ਨੂੰ ਪ੍ਰੈਜ਼ੀਡੈਂਸਾ ਨਹੀਂ ਦੇਣਾ, ਇਹ ਫਾਲਸ ਹੋ, ਕਿਉਂਕਿ ਐਨ ਨੇ ਪ੍ਰੈਜ਼ੀਡੈਂਸਾ ਉਹ ਛਲੂ ਤੇ ਐਨ ਨੇ ਏ ਨੂੰ ਪ੍ਰੈਜ਼ੀਡੈਂਸਾ ਦੇਣਾ, ਇਸ ਕਰਕੇ ਇਹ ਫਾਲਸ ਹੋ ਜੀ। ਇਲ ਵਹੀਕਲੋ ਐਨ ਨੇ ਪਾਸ਼ਾ ਦੋਪ ਇਲ ਵਹੀਕਲੋ ਐਰ, ਫਿਰ ਜਦੋਂ ਐਨ ਇੱਥੇ ਆ ਕੇ ਆ ਗਈ ਆ, ਉਹ ਤੋਂ ਬਾਅਦ ਆਰ ਨੇ ਲੰਘ ਜਾਣਾ, ਫਿਰ ਐਨ ਲੰਘ ਸਕਦੀ ਹੈ, ਨਹੀਂ ਲੰਘ ਸਕਦੀ ਕਿਉਂਕਿ ਜਦੋਂ ਇੱਥੇ ਆ ਕੇ ਇਸ ਪਾਸੇ ਲੰਘਣਾ ਤੇ ਮੋਰੇ ਏ ਆਪਣਾ ਸਿੰਘ ਪਸਾ ਕੇ ਖੜੀ ਹੈ, ਇਸ ਕਰਕੇ ਉਹ ਨਹੀਂ ਲੰਘ ਸਕਦੀ। ਇਲ ਵਹੀਕਲੋ ਐਨ ਨੇ ਇੰਪੇਨੀਆ ਇੰਕਰੋਚੋ ਪੈਰੂਲਤੀਓ, ਐਨ ਤੇ ਜਿਹੜੀ ਐਨ ਆ ਉਹਨੇ ਸਭ ਤੋਂ ਐਂਡ ਤੇ ਲੰਘਣਾ, ਕਿਉਂ ਇਹ ਫਾਲਸ ਹੋਆ, ਕਿਉਂਕਿ ਉਹਨੇ ਤਾਂ ਸਭ ਤੋਂ ਇੰਪੇਨੀਆ ਦਾ ਮਤਲਬ ਕਿਆ ਹੁੰਦਾ ਤੇ ਤੁਰਨਾ, ਪਏ ਉਹਨੇ ਸਭ ਤੋਂ ਪਹਿਲਾਂ ਐਂਡ ਤੇ ਤੁਰਨਾ, ਇਹ ਫਾਲਸ ਹੋ, ਸਭ ਤੋਂ ਪਹਿਲਾਂ ਉਹਨੇ ਤੁਰ ਕੇ ਇੱਥੇ ਖੜਨਾ, ਆਰ ਐਨ ਤੇ ਫਿਰ ਏ ਗੱਡੀ ਦਾ ਜਿਹੜਾ ਹਿਸਾਬ ਆ ਤੁਰਨ ਦਾ, ਪਹਿਲਾਂ ਜਦੋਂ ਇੱਥੇ ਖੜ ਜਾਂਦੀ ਹੈ ਜੀ, ਪਹਿਲਾਂ ਆਰ ਲੰਘ ਗਈ ਹੈ ਜੀ, ਫਿਰ ਏ ਨੇ ਲੰਘ ਜਾਣਾ, ਫਿਰ ਐਨ ਤੇ ਲੰਘ ਜਾਣਾ, ਇਸ ਕਰਕੇ ਇਹ ਫਾਲਸ ਹੈ। ਫਿਰ ਉਲਤੀਮੋ, ਅਗਰ ਇਹ ਕਹਿੰਦੇ ਵੀ ਤਰਾਂਜ਼ੀਤਾ ਫਿਰ ਉਲਤੀਮੋ, ਫਿਰ ਇਹ ਵੇਰੋ ਹੋ ਜਾਣਾ ਸੀ, ਕਿਉਂਕਿ ਉਹਨੇ ਐਂਡ ਤੇ ਲੰਘਣਾ ਸੀ, ਪਰ ਇਹ ਨਹੀਂ ਲਿਖੇ ਇੰਪੇਨੀਆ ਪੇ ਸਭ ਤੋਂ ਲਾਸਟ ਵਿੱਚ ਐਨ ਤੁਰਦੀ ਹੈ, ਇਸ ਕਰਕੇ ਫਾਲਸ ਹੋਇਆ ਸਵਾਲ।
Il veicolo N, sorry, il veicolo R deve dare la precedenza al veicolo N. R gaddi ne N gaddi nu pehal deni hai, haan ji bilkul sahi hai ji. Il veicolo R ha la precedenza rispetto a A. Il veicolo A. Pe jedi R gaddi ha, onu A gaddi ne pehal deni hai, kyunki ode sajje hathaan da, is karke eh bhi bilkul sahi sawal hai ji. Agle hal dekhde hain ji. Il veicolo R attraversa incrocio dopo che R na gaddi na ga sakde ha dopo che il veicolo N jado jedi gaddi hai N si è fermato al centro dell'incrocio. Pe R gaddi ta na ga sakda agar N aake itthe ruk janda hai te R apni gaddi itthe na ga sakda is karke ver va. Il veicolo R passa prima del veicolo A. ਪੇ ਜਿਹੜੀ ਆਰ ਵਾ ਆਰ ਵਾਲੀ ਗੱਡੀ ਨੇ ਇਹ ਤੋਂ ਪਹਿਲਾਂ ਲੰਘਣਾ ਬਿਲਕੁਲ ਸਹੀ ਹੈ ਜੀ ਇਹ ਵੀ ਆਪਣਾ ਸਵਾਲ ਪਹਿਲੇ ਸਵਾਲ ਆ ਬਹੁਤ ਵਧੀਆ ਸਵਾਲ ਆ ਪੁਲਿਸ ਕੀ ਹੈ ਉਸ ਤੋਂ ਬਾਅਦ ਆਪਣਾ ਸਵਾਲ ਕਿਹੜਾ ਜੀ ਇਲ ਵੇਹੀਕਲੋ ਐਰ ਕੰਕਲੂਡੇ ਪਰ ਪ੍ਰੀਮੂ ਲਤਰਾਵਰਸ਼ਾਮੈਂਟੋ ਪੇ ਜਿਹੜੀ ਆਰ ਆ ਉਹਨੇ ਜਿਹੜੀ ਚੌਂਕ ਆ ਸਭ ਤੋਂ ਪਹਿਲਾਂ ਲੰਘਣਾ ਉਹਨੇ ਚੌਂਕ ਲੰਘਣਾ ਸਭ ਤੋਂ ਪਹਿਲਾਂ ਇਸ ਕਰਕੇ ਵੀ ਜ਼ੀਰੋ ਇਲ ਵੇਹੀਕਲੋ ਐਰ ਦੇਵੇ ਦਾਰੇ ਲਾ ਪ੍ਰੈਸੀਡੈਂਸ ਆਲ ਵੇਹੀਕਲੋ ਆ ਪੇ ਆਰ ਨੇ ਇਹ ਗੱਡੀ ਨੂੰ ਪਹਿਲ ਦੇਣੀ ਇਹ ਫਾਲਸੋ ਕਿਉਂਕਿ ਜਿਹੜੀ ਇਹ ਗੱਡੀ ਆ ਉਹਦੇ ਸੱਜੇ ਪਾਸੇ ਨਹੀਂ ਉਹਦੇ ਖੱਬੇ ਪਾਸੇ ਆ ਰਹੀ ਹੈ ਇਸ ਕਰਕੇ ਫਾਲਸੋ ਹੁਣ ਅਗਲੇ ਹਲ ਦਲਦੇ ਜੀ ਇਲ ਵੇਹੀਕਲੋ ਐਰ ਪਾਸਾ ਲੂਲਟੀਮੋ ਪੇ ਆਰ ਨੇ ਸਭ ਤੋਂ ਐਂਡ ਤੇ ਲੰਘਣਾ ਫਾਲਸੋ ਆ ਕਿਉਂਕਿ ਆਰ ਨੇ ਜਦੋਂ ਐਨ ਨੇ ਇੱਥੇ ਖੜ ਜਾਣ ਆਰ ਨੇ ਸਭ ਤੋਂ ਪਹਿਲਾਂ ਲੰਘਣਾ ਇਸ ਕਰਕੇ ਫਾਲਸੋ ਇਲ ਵੇਹੀਕਲੋ ਐਰ ਪਾਸਾ ਦੋਪੋ ਇਲ ਟ੍ਰਾਂਜ਼ਿਟੋ ਦੇਲ ਵੇਹੀਕਲੋ ਆ ਪੇ ਆਰ ਨੇ ਤਾਂ ਲੰਘਣਾ ਜੀ ਇਹ ਲੰਘਦੀ ਹੈ ਫਾਲਸੋ ਕਿਉਂਕਿ ਸਭ ਤੋਂ ਪਹਿਲਾਂ ਆਰ ਨੇ ਲੰਘਣਾ ਇਸ ਕਰਕੇ ਫਾਲਸੋ ਇਹ ਵੇਹੀਕਲੋ ਐਰ ਉਹ ਦੇਖੀ ਡਿੱਗਣਾ ਜਾਵੇ ਬੂਟਾਂ ਤੇ ਉਹ ਕੀ ਕਰਨ ਲੱਗਾ ਇਹ ਵੇਹੀਕਲੋ ਐਰ ਇਨਕਰੋਚਾ ਸੀ ਇੰਪੇਨਿਆ ਪ੍ਰੀਮਾ ਇਸ ਫਿਰਮਲ ਚੈਂਟਰ ਦਾ ਲਸਾ ਪੇ ਆਰ ਨੇ ਪਹਿਲਾਂ ਤੁਰ ਕੇ ਇੱਥੇ ਖੜ ਜਾਣਾ ਅਗਰ ਪਹਿਲਾਂ ਤੁਰ ਕੇ ਇੱਥੇ ਖੜ ਜਾਂਦੀ ਤਾਂ ਸਾਰਾ ਰਸਤਾ ਬਲੌਕ ਕਰ ਲੈਂਦੀ ਇਸ ਕਰਕੇ ਫਾਲਸੋ ਹੁਣ ਆਪਣੇ ਅਗਲੇ ਸਵਾਲ ਵੱਲ ਚੱਲਦੇ ਹਾਂ ਹੁਣ ਆ ਦੇਖੋ ਸੇਮ ਟੂ ਸੇਮ ਉਹੀ ਸਿਚੁਏਸ਼ਨ ਆ ਜੀ ਸਿਰ ਥੋੜ੍ਹਾ ਜਿਹਾ ਫਰਕ ਪਾਤਾ ਇਹਨਾਂ ਨੇ ਇਹਦੇ ਵਿੱਚ ਕੀ ਹੁੰਦਾ ਕਿਸੇ ਪਾਸੇ ਨਹੀਂ ਹੈਗਾ ਅਗਰ ਡੀ ਖੱਬੇ ਪਾਸੇ ਨੂੰ ਮੁੜਦੀ ਹੈ ਤਾਂ ਉਹਨੂੰ ਆਰ ਨੂੰ ਪਹਿਲ ਦੇਣੀ ਪੈਣੀ ਹੈ ਅਗਰ ਐਨ ਸਿੱਧੀ ਜਾਂਦੀ ਹੈ ਤਾਂ ਉਹਨੇ ਫਿਰ ਆਰ ਨੂੰ ਪਹਿਲ ਦੇਣੀ ਹੈ ਆਰ ਸਿੱਧਾ ਜਾਂਦਾ ਤਾਂ ਉਹਨੇ ਬੀ ਨੂੰ ਪਹਿਲ ਦੇਣੀ ਹੈ ਇਸ ਕਰਕੇ ਹੁਣ ਇਹਦੇ ਵਿੱਚ ਕੀ ਹੋਣਾ ਜੀ ਸਭ ਤੋਂ ਪਹਿਲਾਂ ਕਿਆ ਹੋਣਾ ਵੀ ਬੀ ਜਿਹੜੀ ਆ ਉਹ ਆ ਕੇ ਅਗਰ ਇੱਥੇ ਰੁਕ ਜਾਂਦੀ ਹੈ ਚੈਂਟਰ ਦੇ ਲਸਰਾ ਦਾ ਫਿਰ ਆਰ ਇਹ ਆਪਣੀ ਗੱਡੀ ਆਰ ਲੰਘ ਸਕਦੀ ਹੈ ਤੇ ਆ ਵੀ ਲੰਘ ਸਕਦੀ ਹੈ ਡੀ ਤੇ ਬੀ ਦੋਵੇਂ ਇਕੱਠੀਆਂ ਲੰਘ ਸਕਦੀਆਂ ਹੁਣ ਕੀ ਦੇਖਦੇ ਹਾਂ ਇਲ ਵੇਹੀਕਲੋ ਐਨ ਪਾਸਾ ਦੋਪੋ ਇਲ ਵੇਹੀਕਲੋ ਆ ਤੇ ਐਨ ਨੇ ਆਰ ਤੋਂ ਬਾਅਦ ਲੰਘਣਾ ਪਹਿਲਾਂ ਆਰ ਲੰਘੂਗੀ ਫਿਰ ਐਨ ਲੰਘੂਗੀ ਇਹ ਵੇਰੋ ਆ ਠੀਕ ਆ ਜੀ ਇਲ ਵੇਹੀਕਲੋ ਬੀ ਪਾਸਾ ਦੋਪੋ ਇਲ ਵੇਹੀਕਲੋ ਐਨ ਪੇ ਬੀ ਨੇ ਉਦੋਂ ਲੰਘਣਾ ਆ ਜਦੋਂ ਐਨ ਲੰਘ ਜਾਂਦੀ ਆ ਜਦੋਂ ਐਨ ਲੰਘ ਗਈ ਤਾਂ ਬੀ ਦਾ ਪਾਸਾ ਖਾਲੀ ਹੋ ਜਾਂਦਾ ਇਸ ਕਰਕੇ ਇਹ ਵੀ ਬਿਲਕੁਲ ਸਹੀ ਹੈ ਜੀ ਇਲ ਵੇਹੀਕਲੋ ਦੀ ਪਾਸਾ ਦੋਪੋ ਆਰ ਪੇ ਡੀ ਨੇ ਉਦੋਂ ਲੰਘਣਾ ਜਦੋਂ ਆਰ ਲੰਘ ਜਾਂਦੀ ਹੈ ਬਿਲਕੁਲ ਠੀਕ ਆ ਜੀ ਇਹ ਵੀ ਇਲ ਵੇਹੀਕਲੋ ਐਰ ਪਾਸਾ ਦੋਪੋ ਇਲ ਵੇਹੀਕਲੋ ਬੀ ਪੇ ਆਰ ਨੇ ਉਦੋਂ ਲੰਘਣਾ ਜਦੋਂ ਬੀ ਲੰਘ ਜਾਂਦੀ ਆ ਸ਼ੇਸ ਪੋਸਤਾ ਇਨਕਰੋਚੋ ਜਦੋਂ ਬੀ ਆ ਕੇ ਇੱਥੇ ਰੁਕ ਜਾਂਦੀ ਆ ਤਾਂ ਉਸ ਵੇਲੇ ਆਰ ਲੰਘ ਸਕਦੀ ਆ ਕਿਉਂਕਿ ਅਗਰ ਇੱਦਾਂ ਆਰ ਹੋਵੇ ਤਾਂ ਬੀ ਨੇ ਵਿੱਚ ਭੱਜਣਾ ਕਿਸ ਕਰਕੇ ਉਹ ਨਹੀਂ ਲੰਘ ਸਕਦੀ ਇਸ ਕਰਕੇ ਬੀ ਨੇ ਆ ਕੇ ਪਹਿਲਾਂ ਇੱਥੇ ਚੈਂਟਰ ਦਾ ਲਸਰਾ ਦਾ ਰੁਕ ਜਾਣਾ ਉਹ ਤੋਂ ਪਹਿਲਾਂ ਆਰ ਲੰਘ ਸਕਦੀ ਹੈ ਇਸ ਕਰਕੇ ਉਸ ਤੋਂ ਬਾਅਦ ਵਿੱਚ ਲੰਘ ਸਕਦੀ ਇਸ ਕਰਕੇ ਫਿਰ ਉਹ ਹੁਣ ਦੇਖਦੇ ਹਾਂ ਇਲ ਵੇਹੀਕਲੋ ਡੀ ਏ ਐਨ ਪਾਸਾ ਨੂੰ ਕੰਟੈਂਪੋਰਾਨੀਅਮੈਂਟੇ ਪੇ ਡੀ ਆ ਤੇ ਐਨ ਆ ਇਹ ਇਕੱਠੀਆਂ ਲੰਘ ਸਕਦੀਆਂ ਦੋਪੋ ਕੇ ਪਾਸਾ ਤੋਂ ਐਰ ਪੇ ਜਦੋਂ ਆਰ ਲੰਘ ਜਾਂਦੀ ਆ ਆ ਲਿਆ ਕੇ ਇੱਥੇ ਰੁਕ ਗਈ ਆਰ ਅਗਰ ਲੰਘ ਜਾਂਦੀ ਆ ਡੀ ਤੇ ਐਨ ਦੋਵੇਂ ਇਕੱਠੀਆਂ ਲੰਘ ਸਕਦੀਆਂ ਹਾਂਜੀ ਕਿਉਂਕਿ ਜਦੋਂ ਆਰ ਲੰਘ ਗਈ ਤਾਂ ਦੋਵਾਂ ਦਾ ਦੇਸ਼ਤਰ ਲੀਵਰ ਆ ਹੋ ਗਿਆ ਇਕੱਠੀਆਂ ਲੰਘ ਸਕਦੀਆਂ ਉਹ ਕੀ ਕਰਦਾ ਬੁੱਗੀ ਤੂੰ ਇਲ ਵੇਹੀਕਲੋ ਬੀ
impegnare in croce deve fermarsi al centro di esso. Per dire B, non è stato bella tornare al centro della strada che in croce stato bella non è ciò che deve fare in gattila. Prima che abbia passato il numero, il collega si è svalato. Angela, dica di appan. Il veicolo R per Ali Gaddi impegna in croce si ferma al centro. R sabto pella tor diye te rokdendi agar R sabto pella tor ke itthe rokdendi ya ta phir kise gaddi da phir bhi ho nang nahi sakda kyunki pehla n nangungi ta phir is karke eh bhi false ho janda chantro unknown ida koi hal nahi nikalda ut to baad aunda il veicolo n passa per primo pe sabto pehla ji n ne nangna agar n mure nangdi ya ta R ide mure aandi is karke n pehla nahi nang sakdi is karke eh bhi false ho ji. Il veicolo D passa per primo, per sabato per la D nanganina. D nei nangasakati kunga D denar ara di nangana vela arna. Il veicolo D deve dare la precedenza al veicolo B. Per D ne ardi gadi as passa in gandi unu pel denia, nei e falso. Perché D ne arnu pel denia scarke falso. Ok, nangania. Il veicolo B deve dare la precedenza al D. Per B ne D nu pel deni. B ne jana S passe nu D ne jana S passe nu. Tu si av dogo pen pel dogi e falso. E quindi B ne N nu pel deni. S karke falso. Il veicolo R passa per ultimo. Per jedi R ali gaddi ha. Oni end te nangana. R ali gaddi hun tu si av socho end te kidda nangu. R ne te sab to pella nangana. S karke e bhi sawal galat honda hai. ਤੇ ਹੁਣ ਅਸੀਂ ਆਪਣਾ ਚੱਲਦੇ ਹਾਂ ਅਗਲੇ ਭਾਗ ਵੱਲ ਅਗਲੇ ਸਵਾਲ ਵੱਲ ਅਸੀਂ ਚੱਲਦੇ ਹਾਂ 2 ਸੈਕਿੰਡ ਰੁਕ ਜਾਓ ਅਗਲਾ ਸਵਾਲ ਹੈਗਾ ਆਪਣਾ ਆਹ ਵਾਲਾ ਇਹਨੂੰ ਸੈੱਟ ਕਰ ਦਈਏ ਮਾੜਾ ਜਿਹਾ ਇੰਦਾ ਕਰ ਹਾਂਜੀ ਇਹ ਕੀ ਕਹਿੰਦੇ ਨੇ ਲਿੰਗ ਇਲ ਵੇਹੀਕਲੋ ਬੀ ਦੇਵੇ ਦਾਰੇ ਲਾ ਪ੍ਰੈਸੀਡੈਂਸਾ ਅਲ ਵੇਹੀਕਲੋ ਐਨ ਵੀ ਜਿਹੜੀ ਬੀ ਆ ਉਹਨੇ ਐਨ ਨੂੰ ਪਹਿਲ ਦੇਣੀ ਹਾਂਜੀ ਬੇਰਵਾ ਜੀ ਕਿਉਂਕਿ ਜਿਹੜੀ ਐਨ ਆ ਉਹਦੇ ਖੱਬੇ ਪਾਸੇ ਸੱਜੇ ਪਾਸੇ ਆਂਦੀ ਇਸ ਕਰਕੇ ਵੀਰੋ ਵਾਹਿਗੁਰੂ ਇਲ ਵੇਹੀਕਲੋ ਬੀ ਇੰਪੇਨਿਆ ਲਿੰਕਰੋਚੋ ਪ੍ਰੀਮਾ ਦੇਲ ਵੇਹੀਕਲੋ ਆਰ ਇੰਪੇਨਿਆ ਦਾ ਹੁੰਦਾ ਤੁਰਨਾ ਵੇਹੀਕਲੋ ਬੀ ਨੇ ਆਰ ਤੋਂ ਪਹਿਲਾਂ ਤੁਰਨਾ ਲੰਘਣਾ ਨਹੀਂ ਤੁਰਨਾ ਇਸ ਕਰਕੇ ਵੀਰੋ ਤੁਰਨਾ ਉਹਨੇ ਬੀ ਤੋਂ ਪਹਿਲਾਂ ਹੀ ਆ ਇਸ ਕਰਕੇ ਇਹ ਵੇਖ ਲਓ ਇਲ ਵੇਹੀਕਲੋ ਬੀ ਉਹ ਕੰਕਲੂਡਰੇ ਲਾ ਮਨੋਵਰਾ ਦੀ ਸਵਾਲਤਾ ਸਿਨਿਸਟਰਾ ਫਿਰ ਬੀ ਖੱਬੇ ਪਾਸੇ ਨੂੰ ਮੁੜ ਸਕਦਾ ਦੋਪੋ ਇਲ ਟ੍ਰਾਂਜ਼ਿਟੋ ਤੇ ਵੇਹੀਕਲੋ ਐਨ ਜਦੋਂ ਐਨ ਮੁੜ ਜਾਂਦੀ ਆ ਤਾਂ ਫਿਰ ਬੀ ਵੀ ਆਪਣਾ ਲੰਘ ਸਕਦਾ ਆਰ ਐਨ ਤੇ ਫਿਰ ਬੀ ਲੰਘਣੀ ਇਸ ਕਰਕੇ ਵੀ ਠੀਕ ਹੈ ਜੀ ਇਲ ਵੇਹੀਕਲੋ ਬੀ ਦੋਪੋ ਐਸਸੀ ਪੋਰਟਾਟੋ ਅਲ ਸੈਂਟਰੋ ਦਾ ਲਿੰਕਰੋਚੋ ਜਦੋਂ ਬੀ ਇੱਥੇ ਚੈਂਟਰੋ ਦੇ ਲਿੰਕ ਰੋਚੋ ਚ ਆ ਜਾਂਦਾ ਦੇਵੇ ਅਟੈਂਡਰੇ ਇਲ ਟ੍ਰਾਂਜ਼ਿਟੋ ਦੇ ਵੇਹੀਕਲੋ ਐਨੇ ਜਦੋਂ ਇੱਥੇ ਆ ਕੇ ਉਹ ਖੜ ਜਾਂਦਾ ਉਹਨੂੰ ਡੀਕਣਾ ਪੈਣਾ ਕਿ ਪਹਿਲਾਂ ਐਨ ਲੰਘ ਜਾਵੇ ਇਸ ਕਰਕੇ ਵੀ ਵੇਰਵਾ ਜੀ ਉਹਨੂੰ ਡੀਕਣਾ ਹੀ ਪੈਣਾ ਜੀ ਉੱਥੇ ਜਦੋਂ ਖੜ ਜਾਂਦਾ ਇਸ ਕਰਕੇ ਉਹ ਵੇਰਵਾ ਜੀ ਇਲ ਵੇਹੀਕਲੋ ਬੀ ਆਲਾ ਦੇ ਇਸ ਤਰ੍ਹਾਂ ਲਿਬਰਾ ਤੇ ਬੀ ਦੀ ਸੱਜੀ ਸਾਈਡ ਕੁਝ ਨਹੀਂ ਹੈਗਾ ਫਾਲਸੋ ਕਿਉਂਕਿ ਅਗਰ ਇੱਥੇ ਆਣਾ ਤਾਂ ਬੀ ਦੇ ਸੱਜੀ ਪਾਸੇ ਐਨ ਆ il veicolo B deve impegnare per l'ultimo incrocio perché deve svoltare a sinistra per B ne sabto end te torna end te falso is karke kyunki torna ne sabto pehla hai par idda ke ne incrocio to end te nikalna is karke oh sawal jehda hai eh falso ho sakda il veicolo B deve dare la precedenza al veicolo D ਕਿ B ਨੇ D ਜਿਹੜੀ ਆ ਉਹਨੂੰ ਪ੍ਰੈਸੀਡੈਂਸਾ ਦੇਣਾ ਇਸ ਕਰਕੇ ਇਹ ਵੇਰਵਾ ਬਰਕੇ ਪ੍ਰੋਸੈਗ ਵੀ ਦਿੱਤੀ ਜੋ ਕਿਉਂਕਿ ਉਹ ਸਿੱਧਾ ਜਾ ਰਿਹਾ ਇਸ ਕਰਕੇ ਵੀ ਠੀਕ ਆ ਜੀ ਕਹਿੰਦਾ B ਦੇਵੇ ਦਾਰਾਂ ਦਾ ਪ੍ਰੈਸੀਡੈਂਸਾ ਇਲ ਵੇਹੀਕਲੋ R B ਨੇ ਪਹਿਲ ਦੇਣੀ R ਨੂੰ ਕਿਉਂਕਿ ਉਹ ਸਿੱਧਾ ਜਾ ਰਿਹਾ ਫਾਲਸ ਹੋ ਕਿਉਂਕਿ B ਨੇ ਪਹਿਲ ਇਸ ਗੱਡੀ ਦੇਣੀ ਇਸ ਕਰਕੇ ਫਾਲਸ ਹੋ ਓਕੇ ਜੀ ਹੁਣ ਆਹ ਵਾਲਾ ਸਵਾਲ ਦੇਖਦੇ ਹਾਂ ਇਹਦੇ ਵਿੱਚ
Nella situazione, il tram ha la precedenza rispetto agli altri veicoli. Pensavo che il tram non è un problema. Il tram non è un problema. Se non si può fare niente, non si può fare niente. Se non si può fare niente, non si può fare niente. Se non si può fare niente, non si può fare niente. Se non si può fare niente, non si può fare niente. Se non si può fare niente, non si può fare niente. Se non si può fare niente, non si può fare niente. Se non si può fare niente, non si ਆਜੜੀ ਇਨਕਰੋਚ ਚੌਂਕ ਵਿੱਚ ਧਿਆਨ ਰੱਖਣਾ ਚਾਹੀਦਾ ਜੋ ਤੁਰਦੇ ਹਨ ਜੀ ਵੀਰੋ ਕਿਉਂਕਿ ਹਰ ਚੌਂਕ ਦੇ ਵਿੱਚ ਜਦੋਂ ਤੁਰਨਾ ਤੁਹਾਨੂੰ ਪ੍ਰੂਡੈਂਸਾ ਕਰਨ ਦੀ ਲੋੜ ਹੈ ਜੀ ਇਸ ਕਰਕੇ ਵੀਰੋ ਇਲ ਵੇਹੀਕਲੋ ਉਹ ਦੇ ਅਤੇਂਦਰ ਇਲ ਟ੍ਰਾਂਸਿਟੋ ਦੇਲ ਵੇਹੀਕਲੋ ਏ ਟ੍ਰਾਮ ਏ ਕੇਲ ਵੇਹੀਕਲੋ ਆ ਸੀ ਪੋਰਟੀਅਲ ਚੈਂਟਰੋ ਉਹਨੂੰ ਰੁਕਣਾ ਪੈਣਾ ਹੈ ਕਿ ਪਹਿਲਾਂ ਟ੍ਰਾਮ ਲੰਘ ਜਾਵੇ ਤੇ ਫਿਰ ਇਹ ਆ ਕੇ ਇੱਥੇ ਖੜ ਜਵੇ ਤੇ ਤਾਂ ਉਹ ਲੰਘ ਸਕੇ ਇਸ ਕਰਕੇ ਇਹ ਵੀ ਬੇਰਵਾ ਇਤਰਾਮ ਟ੍ਰਾਂਜ਼ਿਟਾ ਪਰ ਪ੍ਰੀਮ ਹਾਂਜੀ ਤਰਾਮ ਨੇ ਹਮੇਸ਼ਾ ਹੀ ਪਹਿਲਾਂ ਜਿਹੜੀ ਤਰਾਮ ਉਹਨੇ ਹਮੇਸ਼ਾ ਪਹਿਲਾਂ ਹੀ ਲੰਘਣਾ ਸਾਰੇ ਤੋਂ ਇਸ ਕਰਕੇ ਬੇਰਵਾ ਜੀ ਇਲ ਵੇਹੀਕਲ ਐਮ ਦੇ ਵੇ ਅਤੇਂਦਰ ਇਲ ਟ੍ਰਾਂਜ਼ਿਟਾ ਦੇ ਵੇਹੀਕਲ ਉਹ ਤੇ ਐਮ ਨੂੰ ਰੁਕਣਾ ਪੈਣਾ ਆ ਕਿ ਪਹਿਲਾਂ ਉਹ ਲੰਘ ਜਵੇ ਇਸ ਕਰਕੇ ਵੀ ਬੇਰਵਾ ਜੀ ਇਲ ਵੇਹੀਕਲ ਐਮ ਅਟਰਾਵਰਸਾ ਲਿੰਕਰੋਚੋ insieme al tram pe jehda motorcycle wala banda hai oh tram de naal lang sakda hai false hai kyunki tram ne ta pehle langna agar motorcycle wala languga te oh wali gaddi ne nu chak dena is karke false hai il veicolo va nello svoltare a sinistra alla destra libera pe jehdi a hai agar ohne khabbe passe nu mudna hai ohde sajje passe oh kuch nahi aa reha false hai kyunki ਉਹਦੇ ਸੱਜੇ ਪਾਸੇ ਟ੍ਰਾਮ ਤੇ ਐਮ ਮੋਟਰਸਾਈਕਲ ਦੋਏ ਜਾਣੇ ਆ ਰਹੇ ਇਸ ਕਰਕੇ ਫਾਲਸ ਹੈ ਇਲ ਵੇਹੀਕਲੋ ਉਹ ਦੇਵੇ ਅਤੇਂਦਰ ਕੇ ਪਾਸਾ ਇਲ ਵੇਹੀਕਲੋ ਟ੍ਰਾਮ ਇਹ ਵੇਹੀਕਲੋ ਐਮ ਉਹਨੂੰ ਡਿਕਣਾ ਪੈਣਾ ਕਿ ਪਹਿਲਾਂ ਟ੍ਰਾਮ ਲੰਘ ਜਾਵੇ ਤੇ ਫਿਰ ਐਮ ਲੰਘ ਜਾਵੇ ਫਾਲਸ ਹੋਆ ਕਿਉਂਕਿ ਉਹਨੂੰ ਸਿਰਫ ਟ੍ਰਾਮ ਡਿਕਣਾ ਪੈਣਾ ਤੇ ਡਿਕਣਾ ਪੈਣਾ ਕਿ ਇਹ ਇੱਥੇ ਚੈਂਟਰ ਦਲਿੰਗ ਰੋਚ ਰੁਕ ਜਾਵੇ ਇਸ ਕਰਕੇ ਫਾਲਸ ਹੋਆ il veicolo o deve attendere che transitano tutti gli altri veicoli che o nu rukna pehla pe pehla tram lang je fir e lang je fir m lang je fir edi bari ne karke false ho ji o nu unne ta tram to baad hi lang jana il veicolo a deve attendere la deve dare la precedenza al tram pe e nu tram nu pehl deni pani hai ma non al veicolo m ਪਿਓ ਤਰਾਮ ਨੂੰ ਪਹਿਲ ਦਵੇ ਪਰ ਮੋਟਰਸਾਈਕਲ ਨੂੰ ਨਾ ਪਹਿਲ ਦਵੇ ਉਹਨੂੰ ਤਾਂ ਭਾਵੇਂ ਥੱਲੇ ਦੇ ਦੇ ਇਸ ਕਰਕੇ ਫਾਲਤੂ ਆ ਇਲ ਵੇਹੀਕਲ ਉਹ ਦੇਵੇ ਦਾਰੇ ਲਾ ਪ੍ਰੈਜ਼ੀਡੈਂਸ ਆਲ ਤਰਾਮ ਯਾਰ ਵੇਹੀਕਲ ਐਮ ਪੇ ਉਹ ਨੇ ਤਰਾਮ ਨੂੰ ਵੀ ਪਹਿਲ ਦੇਣੀ ਤੇ ਐਮ ਨੂੰ ਵੀ ਪਹਿਲ ਦੇਣੀ ਇਹ ਫਾਲਸ ਹੋ ਕਿਉਂਕਿ ਐਮ ਜਿਹੜਾ ਮੋਟਰਸਾਈਕਲ ਵਾਲਾ ਬੰਦਾ ਉਹਨੇ ਇਹਨੂੰ ਪਹਿਲ ਦੇਣੀ ਮੋਟਰਸਾਈਕਲ ਦੀ ਜਗ੍ਹਾ ਗੱਡੀ ਵੀ ਹੋਵੇ ਤਾਂ ਸੇਮ ਟੂ ਸੇਮ ਇੱਕ ਹੀ ਗੱਲ ਸੀ ਅਗਲੇ ਸਵਾਲ ਨਾਲ ਚੱਲਦੇ ਹਾਂ ਜੀ ਹਾਂਜੀ nell'incrocio rappresentato adda tu si dekhde il veicolo r passa per primo sauto pehla r ne langna hanji kyunki r langugi fir d langugi fir e langugi inane kedda langna transito nel seguente modo r d te a is karke e vi vero tera sokha hai sada il veicolo d passa prima del r fir d ne ਆਰ ਤੋਂ ਪਹਿਲਾਂ ਲੰਘਣਾ ਅਗਰ ਡੀ ਆਰ ਤੋਂ ਪਹਿਲਾਂ ਲੰਘਦਾ ਤਾਂ ਆਰ ਵਿੱਚ ਠਾ ਕਰਕੇ ਵੱਜਦੀ ਇਸ ਕਰਕੇ ਫਾਲਸ ਹੋ ਕਹਿੰਦੇ ਟ੍ਰਾਂਜ਼ਿਟ ਨੂੰ ਨੈਲ ਸੇਗੁਐਂਟੇ ਮੋਦੋ ਡੀ ਆਰ ਪਹਿਲਾਂ ਡੀ ਲੰਘੂਗੀ ਫਿਰ ਏ ਲੰਘੂਗੀ ਫਿਰ ਆਰ ਲੰਘੂਗੀ ਕਿ ਐਦਾਂ ਚੱਲਦਾ ਇਹ ਫਾਲਸ ਹੋ ਅਗਰ ਪਹਿਲਾਂ ਡੀ ਲੰਘਦੀ ਤਾਂ ਏ ਦੇ ਵਿੱਚ ਵੱਜਣਾ ਇਸ ਕਰਕੇ ਫਾਲਸ ਹੋ ਹੁਣ ਇਹ ਤੋਂ ਅਗਲਾ ਦੇਖੀਏ il i veicoli a e r passano contemporaneamente e te r va jehdiyan gaddiyan e te r ikattiyan lang sakdiyan nahi lang sakdiyan kyunki r a de more d aandi is karke ikattiyan nahi lang sakdiyan agle sawal wal chalde hain ji
il veicolo B non, non deve dare la precedenza agli altri due veicoli. Per B nu C ate H nu pehal den di lod nahi hai ki haan ji kyunki B ne sidha jana ode sajje passe idro kuch nahi aa reha te jehdi H hai H de idro A aandi hai te C de idro H aandi is karke vi theek hai is karke ji bilkul sahi sawal hai. Il veicolo S passa per secondo. Agar B nangdi hai utto thonu pata hi hai ta phir apan gol chakkar ghuma dena B H C S karke vi theek hai ji unne dooje number te hi jana hai. Kyon jana tusi hun aap dekh lo kyunki jehdi C H to pehla nahi nang sakde. Il veicolo C deve disimpegnare l'incrocio per l'ultimo. ਜਿਹੜੀ ਸੀ ਆ ਉਹਨੂੰ ਜਿਹੜੀ ਆਪਣੀ ਇਨਕਰੋਚੋ ਆ ਐਂਡ ਤੇ ਹੀ ਤੁਰਨਾ ਪੈਣਾ ਸਹੀ ਗੱਲ ਆ ਜੀ ਪਹਿਲਾਂ ਬੀ ਨੰਗੂਗੀ ਫਿਰ ਐਚ ਨੰਗੂਗੀ ਫਿਰ ਸੀ ਨੇ ਨੰਗਣਾ ਇਲ ਵੇਕਲੋ ਬੀ ਪਾਸਾ ਬਰ ਪ੍ਰੀਮ ਤੇ ਸਭ ਤੋਂ ਪਹਿਲਾਂ ਜੀ ਬੀ ਨੇ ਨੰਗਣਾ ਬੀ ਨੰਗਣਾ ਫਿਰ ਐਚ ਨੰਗੂਗੀ ਫਿਰ ਇਸ ਕਰਕੇ ਇਹ ਵੀ ਸਵਾਲ ਬਿਲਕੁਲ ਠੀਕ ਆ ਜੀ ਪਹਿਲਾਂ ਬੀ ਹੀ ਨੰਗਦੀ ਆ ਇਸ ਕਰਕੇ ਸਵਾਲ ਸਹੀ ਆ ਇਲ ਵੇਕਲੋ ਚੀ ਦੇ ਵਿਦਾਰੇ ਲਾ ਪ੍ਰੈਸੀਡੈਂਸ ਹਲ ਵੇਕਲੋ ਆਕਾ ਫਿਰ ਸੀ ਨੇ H ਨੂੰ ਪਹਿਲ ਦੇਣੀ ਹਾਂਜੀ ਕਿਉਂਕਿ ਸੀ ਸਿੱਧੀ ਜਾ ਰਹੀ ਹੈ ਤੇ H ਇਸ ਪਾਸਿਓਂ ਆ ਰਹੀ ਹੈ ਤੇ ਇਸ ਕਰਕੇ ਇਹਨਾਂ ਨੂੰ ਪਹਿਲ ਦੇਣੀ ਹੈ ਇਲ ਵੇਕਲੋ F ਦਾ ਪਾਸਾ ਪਰ ਪ੍ਰੀਮੋ ਇਹ ਫਾਲਸੋ ਫਾਲਸੋ ਕਿਉਂ ਅਗਰ H ਪਹਿਲਾਂ ਨੰਗਣ ਦੀ ਕੋਸ਼ਿਸ਼ ਕਰਦਾ ਆ ਤਾਂ ਉਹਦੇ ਮੋਰੇ B ਆ ਜਾਂਦੀ ਹੈ ਇਸ ਕਰਕੇ ਫਾਲਸੋ ਇਹ ਪਾਸੋਨੋ ਪਰ ਪ੍ਰੀਮੀ ਕੰਟੈਂਪੋਰਾਨੀਅਮੈਂਟੇ B ਏ ਸੀ B ਅਤੇ C ਕਹਿੰਦੇ ਇਕੱਠੇ ਨੰਗ ਸਕਦੇ ਆ ਫਾਲਸੋ ਕਿਉਂ ਕਿਉਂਕਿ B ਨੇ ਤਾਂ ਨੰਗਣਾ ਘਟ C ਨੰਗਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹਦੇ ਮੋਰੇ H ਆਂਦੀ ਇਸ ਕਰਕੇ ਫਾਲਸੋ ਆ ਵੇਕਲੋ ਆਕਾ ਦੇਵੇ ਇੰਪਿਨਿਆਰੇ ਇਨਕਰੋਚੋ ਦੋਪਲ ਪਸਾਜੋ ਦਲ ਵੇਕਲੋ B ਤੇ C H ਕਹਿੰਦੇ ਤਾਂ ਨੰਗ ਸਕਦੀ ਹੈ ਅਗਰ B ਨੰਗ ਜਵੇ ਤੇ C ਨੰਗ ਜਵੇ ਫਾਲਸੋ ਆ ਕਿਉਂਕਿ B ਤੋਂ ਤਾਂ ਬਾਅਦ ਨੰਗਣਾ ਪਰ C ਤੋਂ ਇਹਨੇ ਪਹਿਲਾਂ ਨੰਗਣਾ ਇਸ ਕਰਕੇ ਫਾਲਸੋ ਆ ਜੀ Il veicolo H ha la precedenza sul veicolo C. P H nu C ne pehal deni hai. In quanto è autobus, kyunki H autobus hai, kyunki bus hon karke C ne inu pehal deni hai. Inu pehal ta deni hai eh vero par eh nahi likhya kyunki eh bus va taan karke pehal deni hai, is karke false va. Agar sirf idde hi likh de Il veicolo H ha la precedenza su C, che H gaddi di C te pehlo ha, che è da modello che C ne H nu pehl deni hai, fair ho bilkul sahi hona sa, is karke false ho gaya. Il veicolo C passa per primo, pe sab to pehla C ne nangna, agar C nangdi hai te more H aandi hai, is karke nahi nang sakdi, eh false ho janda. Hun apna aa sawal dekhde hain. I veicoli passano nel seguente modo CAP CAP kyun nangde agar P pehla idhar nu nangan di koshish kardi hai udhar nu C vi ja rahi hai is karke P da des tarah okupata agar A idhar nu nangdi hai ta ode mure C edan di hai is karke A vi nahi nang sakdi sab to pehla agar C is passe nu nangdi hai ta ide sajje passe koi gaddi nahi aa rahi jehdi inu kaanta mardi is karke C A te P ne hi pehla nangna is karke theek hai Il veicolo A passa dopo il C. Per giudo C nang jandia, otto bad A V nang sakda is karke vi vero aji. Kyunki C nangan to bad hi A di bari aani hai, nahi ta odi bechare di bari nahi aani, oh dik jave, bhave jidda marzi kari chale. Il P passa per ultimo. N sab to end te nikalna, haanji kyunki pehla C nang gayi, fir A nang gayi, te fir P ne aana, di bari end te hi aani hai. ਕਹਿੰਦੀ ਵੇਗੋਲੀ ਪਾਸਰੋਂ ਨਾਲ ਸੇਗਵੰਤੇ ਮੋਦੋ ਪੀ ਸੀ ਏ ਅਗਰ ਤੁਸੀਂ ਪੀ ਨੂੰ ਪਹਿਲਾਂ ਤੋੜਦੇ ਆ ਇਹਦੇ ਵਿੱਚ ਏ ਵਾਲੀ ਗੱਡੀ ਨੇ ਠਾ ਕਰਕੇ ਮਾਰਨੀ ਇਸ ਕਰਕੇ ਫਾਲਸੋ ਆ ਇਲ ਵੇਗੋਲੋ ਪੀ ਪਾਸਾ ਪ੍ਰੀਮਾ ਦਿਲ ਚੀ ਪੀ ਨੇ ਕਹਿੰਦੇ ਸੀ ਤੋਂ ਪਹਿਲਾਂ ਲੰਘਣਾ ਇਹ ਫਾਲਸੋ ਆ ਕਿਉਂਕਿ ਸੀ ਤਾਂ ਸਭ ਤੋਂ ਪਹਿਲਾਂ ਲੰਘਦੀ ਇਸ ਕਰਕੇ ਪੀ ਸੀ ਤੋਂ ਪਹਿਲਾਂ ਨਹੀਂ ਲੰਘ ਸਕਦੀ ਇਸ ਕਰਕੇ ਜੀ ਇਹ ਵਾਲਾ ਸਵਾਲ ਫਾਲਸੋ ਆ ਹੁਣ ਅਸੀਂ ਆਪਣੇ ਅਗਲੇ ਸਵਾਲ ਵੱਲ ਚੱਲਦੇ ਆ ਹਾਂ ਇਦਾਂ ਰੱਖਣਾ ਹੀ ਚਲ ਕੋਈ ਨਹੀਂ ਅਗਰ ਕਹਿੰਦੇ ਪੀ ਪਾਸਾ ਪ੍ਰੀਮਾ ਦਿਲ ਜੀ ਪੀ ਨੇ ਸੀ ਤੋਂ ਪਹਿਲਾਂ ਲੰਘਣਾ ਹੈ ਫਾਲਸੋ ਔਰ ਪੀ ਸੀ ਤੋਂ ਪਹਿਲਾਂ ਲੰਘਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹਦੇ ਵਿੱਚ ਏ ਨਿਠਾ ਕਰਕੇ ਵੱਜਣਾ ਇਲ ਵੇਕਲੋ ਪੀ ਪਾਸਾ ਪ੍ਰੀਮੋ ਪਰਕੇ ਆਲਾ ਦੇਸਰਾ ਲੀਵਰ ਪੀ ਨੇ ਕਹਿੰਦੇ ਸਿੱਧਾ ਪਹਿਲਾਂ ਲੰਘ ਸਕਦੀ ਕਿਉਂਕਿ ਇਹਦੇ ਸੱਜੀ ਸਾਈਡ ਤੋਂ ਕੋਈ ਨਹੀਂ ਆ ਰਹੀ ਇਹ ਫਾਲਸੋ ਕਿਉਂਕਿ ਉਹਦੀ
ਦੇਸਤਰਾ ਤੋਂ ਇਹ ਗੱਡੀ ਆ ਰਹੀ ਹੈ, ਇਸ ਕਰਕੇ ਫਾਲਸ ਹੋ ਸਕਦਾ। ਹੁਣ ਆਹ ਦੇਖੋ ਜੀ, ਇਹਦੇ ਵਿੱਚ ਕੇਸਾਂ ਹੋਣਾ ਕਿੰਨਾ ਗਾਹ ਖਾਨਾ ਪਿਆ ਹੈ ਨਾ। ਹੁਣ ਦੇਖਦੇ ਹਾਂ ਹੁਣ ਕੀ ਹਿਸਾਬ ਆ। ਤੁਸੀਂ ਇੱਦਾਂ ਕਰੋ ਕਿ ਸੀ ਤੋਂ ਤੋਰ ਲਓ ਜਾਂ ਐਂ ਕਰੋ ਈ ਤੋਂ ਤੋਰ ਲਓ। ਅਗਰ ਈ ਸਿੱਧੀ ਜਾਂਦੀ ਹੈ ਠੀਕ ਹੈ, ਈ ਦੇ ਦੇਸਤਰਾ ਵਾਲੀ ਸਾਈਡ 'ਤੇ ਇਹ ਗੱਡੀ ਆਉਂਦੀ, ਇਸ ਕਰਕੇ ਇਹ ਨਹੀਂ ਲੰਘ ਸਕਦੀ। ਅਗਰ ਤੁਸੀਂ ਸੀ ਇੱਧਰ ਨੂੰ ਮੁੜਨਾ ਹੈ ਇਸ ਪਾਸੇ ਨੂੰ, ਸੀ ਦੀ ਡਾਇਰੈਕਸ਼ਨ ਦੇ ਪਾਸੋਂ ਐਚ ਗੱਡੀ ਆਉਂਦੀ ਹੈ, ਇਸ ਕਰਕੇ ਪਹਿਲੇ ਨੰਬਰ 'ਤੇ ਨਹੀਂ ਜਾ ਸਕਦੀ। ਐਚ ਨੇ ਇਸ ਪਾਸੇ ਨੂੰ ਜਾਣਾ, ਉੱਧਰੋਂ ਬੀ ਵੀ ਇਸੇ ਸਾਈਡ ਨੂੰ ਮੁੜ ਸਕਦੀ, ਇਹਦਾ ਮਤਲਬ ਐਚ ਵੀ ਇੱਧਰ ਨੂੰ ਨਹੀਂ ਜਾ ਸਕਦੀ। ਬੀ ਇਸ ਪਾਸੇ ਨੂੰ ਮੁੜਦੀ ਹੈ ਅਤੇ ਬੀ ਦੇ ਮੂਹਰੇ ਈ ਆਉਂਦੀ ਹੈ, ਇਸ ਕਰਕੇ ਨਹੀਂ ਜਾ ਸਕਦੀ। ਈ ਇੱਧਰ ਨੂੰ ਲੰਘਦੀ ਹੈ ਅਤੇ ਏ ਇੱਧਰ ਲੰਘਦੀ ਨਹੀਂ ਜਾ ਸਕਦੀ। ਹੁਣ ਇਹ ਆ ਜਿਹੜੀ ਏ ਨੇ ਲੰਘਣਾ ਹੈ ਇਸ ਪਾਸੇ ਨੂੰ ਠੀਕ ਹੈ ਜੀ, ਇਹਦੇ ਦਸਤਰਾ 'ਤੇ ਕੋਈ ਗੱਡੀ ਨਹੀਂ ਜਾ ਰਹੀ ਜਿਹਨੇ ਇਸ ਪਾਸੇ ਨੂੰ ਜਾਣਾ ਹੁੰਦਾ। ਇਸ ਕਰਕੇ ਪਹਿਲਾਂ ਏ, ਫਿਰ ਸੌਖਾ ਹੀ ਹੈ ਏ ਈ ਬੀ ਐਚ ਸੀ। ਇਹਦੇ ਵਿੱਚ ਹੁਣ ਉੱਤਰਾਂ ਦੇ ਵਿੱਚ ਦੇਖੇ, ਕਹਿੰਦੇ ਜੀ ਨੈਲ ਸੈਗਮੈਂਟ 'ਤੇ ਉੜਦੀ ਨੇ ਇੱਦਾਂ ਤੁਰਦੀਆਂ ਏ ਈ ਬੀ ਐਚ ਸੀ। ਪਹਿਲਾਂ ਗੱਡੀ ਏ ਲੰਘੂਗੀ, ਫਿਰ ਈ ਲੰਘੂਗੀ, ਫਿਰ ਬੀ, ਫਿਰ ਸਾਨੂੰ ਪਤਾ, ਜਦੋਂ ਸਾਨੂੰ ਪਤਾ ਲੱਗ ਜਾਂਦਾ ਪਹਿਲੀ ਗੱਡੀ ਕਿਹੜੀ ਤੁਰਨੀ, ਉਸ ਤੋਂ ਬਾਅਦ ਸਾਰੀਆਂ ਗੱਡੀਆਂ ਦਾ ਪਤਾ ਲੱਗ ਜਾਂਦਾ। ਬਸ ਉਹਨਾਂ ਦੇ ਆਲੇ ਦੁਆਲੇ ਪ੍ਰੈਸੀਡੈਂਸਾਂ ਦਾ ਅਗਰ ਨਾ ਹੋਵੇ, ਇਸ ਕਰਕੇ ਵੀ ਇਹ ਵਹੀਕਲ ਬੀ ਆਲਾ ਪ੍ਰੈਸੀਡੈਂਸਾ ਸੁਲ ਵਹੀਕਲ ਆਕਾ, ਵੀ ਜਿਹੜੀ ਬੀ ਆ ਬੀ ਨੂੰ ਐਚ ਨੇ ਪਹਿਲ ਦੇਣੀ ਆ, ਆਲਾ ਪ੍ਰੈਸੀਡੈਂਸਾ ਕੇ ਐਚ ਨੂੰ ਪਹਿਲ ਦੇਣੀ ਆ। ਆਕਾ ਦੇਵੇ ਦਾਰੇ ਲਾ ਪ੍ਰੈਸੀਡੈਂਸਾ ਬੀ ਕੇ ਐਚ ਨੇ ਬੀ ਨੂੰ ਪਹਿਲ ਦੇਣੀ ਆ, ਇਸ ਕਰਕੇ ਇਹ ਵੇਰਵਾ। ਇਲ ਵਹੀਕਲੋ ਚੀ ਦੇ ਦਾਰੇ ਲਾ ਪ੍ਰੈਸੀਡੈਂਸਾ ਅਲ ਵਹੀਕਲੋ ਆਕਾ, ਪੇ ਸੀ ਜਿਹੜੀ ਗੱਡੀ ਆ ਨਾ ਜੀ, ਸੀ ਨੇ ਆਲੀ ਗੱਡੀ ਹੈ, ਸੀ ਨੇ ਐਚ ਨੂੰ ਪਹਿਲ ਦੇਣੀ ਆ। ਹਾਂਜੀ, ਕਿਉਂਕਿ ਸੀ ਦੇ ਦੈਸਤਰਾ ਤੇ ਐਚ ਆਉਂਦੀ, ਇਸ ਕਰਕੇ ਇਹਨਾਂ ਨੂੰ ਪਹਿਲ ਦੇਣੀ ਹੈ ਵੇਰਵਾ। ਇਲ ਵਹੀਕਲੋ ਇਹ ਪਾਸਾ ਪ੍ਰੀਮਾ ਦਿਲ ਵਹੀਕਲੋ ਆਕਾ, ਪੇ ਜਿਹੜੀ ਈ ਆ ਈ ਨੇ ਐਚ ਤੋਂ ਪਹਿਲਾਂ ਲੰਘਣਾ। ਹਾਂਜੀ, ਕਿਉਂਕਿ ਇਹਨੇ ਦੂਜੇ ਨੰਬਰ ਤੇ ਲੰਘਣਾ, ਇਸ ਕਰਕੇ ਇਹਨੇ ਐਚ ਤੋਂ ਪਹਿਲਾਂ ਹੀ ਲੰਘਣਾ। ਇਲ ਵਹੀਕਲੋ ਆਕਾ ਪਾਸਾ ਦੋਪਈ ਵਹੀਕਲੀ ਆ ਈ ਤੇ ਵੀ, ਐਚ ਨੇ ਤਾਂ ਲੰਘਣਾ ਆ ਅਗਰ ਏ ਈ ਤੇ ਬੀ ਲੰਘਦੀਆਂ। ਹਾਂਜੀ, ਕਿਉਂਕਿ ਪਹਿਲਾਂ ਏ ਲੰਘੂਗੀ, ਫਿਰ ਈ ਲੰਘੂਗੀ, ਫਿਰ ਬੀ ਲੰਘੂਗੀ, ਫਿਰ ਹੀ ਐਚ ਨੇ ਲੰਘਣਾ, ਇਸ ਕਰਕੇ ਇਹ ਵੇਰਵਾ ਜੀ। ਇਲ ਵਹੀਕਲ ਆ ਪਾਸਾ ਪਰ ਪ੍ਰੀਮੋ, ਪੇ ਸਭ ਤੋਂ ਪਹਿਲਾਂ ਏ ਨੇ ਲੰਘਣਾ। ਹਾਂਜੀ ਜੀ, ਸਭ ਤੋਂ ਪਹਿਲਾਂ ਏ ਹੀ ਲੰਘੂਗੀ, ਕਿਉਂਕਿ ਅਗਰ ਏ ਨੇ ਇੱਥੋਂ ਜਾਊਗੀ ਤਾਂ ਹੀ ਏ ਹੀ ਪਹਿਲਾਂ ਜਾਊਗੀ, ਇਸ ਕਰਕੇ ਵੇਰਵਾ। ਕਹਿੰਦੇ ਐਸਾ ਉਹਨਾਂ ਨੇ ਨਹੀਂ ਤੁਰਨਾ, ਆ ਆਕਾ ਚੇ ਏ। ਅੱਛਾ, ਪਹਿਲਾਂ ਕਹਿੰਦੇ ਏ ਨੇ ਲੰਘਣਾ, ਠੀਕ ਆ, ਫਿਰ ਲੰਘਣਾ ਐਚ ਨੇ, ਇੱਥੋਂ ਫਾਲਸ ਹੋ ਜਾਂਦਾ। ਅਗਰ ਐਚ ਲੰਘਦੀ ਤੇ ਇੱਥੇ ਉਮਰ ਬੀ ਆਉਂਦੀ, ਇਸ ਕਰਕੇ ਫਾਲਸ ਹੋ। ਸੇਗੋਇਨ ਤੇ ਉੜਦੀ ਨੇ ਆ ਈ ਸੀ, ਪਹਿਲਾਂ ਕਹਿੰਦੇ ਜੀ ਏ ਨੇ ਲੰਘਣਾ, ਠੀਕ ਵਾ, ਉਸ ਤੋਂ ਬਾਅਦ ਈ ਨੇ ਲੰਘਣਾ, ਇੱਥੇ ਵੀ ਠੀਕ ਆ, ਫਿਰ ਕਹਿੰਦੇ ਸੀ ਨੇ ਲੰਘਣਾ। ਅਗਰ ਸੀ ਲੰਘਦੀ ਹੈ ਤਾਂ ਫਿਰ ਇਹਦੇ ਵਿੱਚ ਐਚ ਵੱਜਦੀ, ਇਸ ਕਰਕੇ ਫਾਲਸ ਹੋ ਜਾਂਦਾ। ਇਲ ਵੀ ਦੇ ਵਿਆਤੇਂਦਰ ਕੇ ਸੀ ਨਾ ਤ੍ਰਾਂਜੀਤਾ ਤੀ ਆ ਈ ਤੇ ਐਚ, ਬੀ ਨੂੰ ਰੁਕਣਾ ਪੈਣਾ ਕਿ ਪਹਿਲਾਂ ਏ ਲੰਘ ਜਾਵੇ, ਠੀਕ ਆ, ਈ ਲੰਘ ਜਾਵੇ, ਠੀਕ ਆ, ਫਿਰ ਕਹਿੰਦੇ ਐਚ ਵੀ ਲੰਘ ਜਾਵੇ, ਇੱਥੇ ਫਾਲਸ ਹੋ ਗਿਆ ਕਿਉਂਕਿ ਐਚ ਨੇ ਵੀ ਤੋਂ ਬਾਅਦ ਲੰਘਣਾ, ਇਸ ਕਰਕੇ ਫਾਲਸ ਹੋ। ਈ ਵਹੀਕਲੀ ਆ ਏ ਵੀ ਏ ਜੀ ਪਾਸੋ ਨੂੰ ਕੌਣ ਤਿੰਨ ਪੁਰਾਣੀਆਂ ਮਿਹਨਤੇ, ਕਹਿੰਦੇ ਏ ਬੀ ਤੇ ਸੀ ਇਹ ਇਕੱਠੀਆਂ ਲੰਘ ਸਕਦੀਆਂ, ਕਿਉਂਕਿ ਇਹਨੇ ਇੱਧਰ ਨੂੰ ਜਾਣਾ, ਇਹਨੇ ਇੱਧਰ ਨੂੰ ਜਾਣਾ ਤੇ ਇਹਨੇ ਇੱਧਰ ਨੂੰ ਜਾਣਾ, ਫਾਲਸ ਹੋ, ਕਿਉਂਕਿ ਏ ਦੇ ਮੂਹਰੇ ਈ ਆਉਂਦੀ ਹੈ ਤੇ ਸੀ ਦੇ ਮੂਹਰੇ ਐਚ ਆਉਂਦੀ ਹੈ, ਇਸ ਕਰਕੇ ਇਕੱਠੀਆਂ ਨਹੀਂ ਲੰਘ ਸਕਦੀ। ਇਲ ਵਹੀਕਲ ਬੀ ਪਾਸਾ ਦੋਪੋ ਇਲ ਵਹੀਕਲ ਚੀ ਤੇ ਆਕਾ, ਵੀ ਜਿਹੜੀ ਵੀ ਆ ਉਹ ਸੀ ਤੇ ਐਚ ਤੋਂ ਬਾਅਦ ਤੁਰਨੀ ਹੈ, ਫਾਲਸ ਹੋਆ, ਕਿਉਂਕਿ ਸੀ ਤੇ ਐਚ ਤੋਂ ਉਹਨੇ ਪਹਿਲਾਂ ਤੁਰਨਾ, ਵਾਹਿਗੁਰੂ ਜੀ, ਇਸ ਕਰਕੇ ਫਾਲਸ ਹੋਆ। ਲਓ ਜੀ, ਇਸ ਚੈਪਟਰ ਦਾ ਲਾਸਟ ਸਵਾਲ ਇੱਥੇ, ਆਪਣਾ ਪ੍ਰੈਸੀਡੈਂਸ ਵਾਲਾ ਚੈਪਟਰ ਖਤਮ ਹੋ ਜਾਣਾ। ਕਿ ਇਹਦੇ ਵਿੱਚ ਹੁਣ ਦੇਖੋ ਜੀ ਕਿੱਦਾਂ ਕਰਨਾ ਪਿਆ, ਕਿਸ ਹਿਸਾਬ ਨਾਲ ਤੁਰਨਾ। ਇਹ ਕਹਿੰਦੇ ਆ ਜੀ ਦੇਵਨੋ ਤ੍ਰਾਂਜੀਤਾ ਨੇ ਸੇਗਵੈਂਟ ਤੇ ਉੜਦੇ ਨੇ, ਸੀ ਆ ਐਲ ਆਰ ਈ, ਸੀ ਨੇ ਕਿਉਂ ਤੁਰਨਾ। ਅਗਰ ਏ ਇੱਥੋਂ ਪਹਿਲਾਂ ਤੁਰਦੀ ਹੈ ਜੀ, ਏ ਦੇ ਮੂਹਰੇ ਸੀ ਆਉਂਦੀ ਹੈ, ਇਸ ਕਰਕੇ ਏ ਨਹੀਂ ਤੁਰ ਸਕਦੀ।
ਅਗਰ ਐਲ ਇੱਥੋਂ ਤੁਰਦੀ ਆ ਤਾਂ ਐਲ ਦੇ ਮੂਹਰੇ ਏ ਇੱਧਰ ਨੂੰ ਜਾਂਦੀ ਹੈ, ਇਸ ਕਰਕੇ ਐਲ ਵੀ ਪਹਿਲਾਂ ਨਹੀਂ ਤੁਰ ਸਕਦੀ। ਅਗਰ ਆਰ ਪਹਿਲਾਂ ਇੱਧਰ ਨੂੰ ਜਾਣ ਦੀ ਕੋਸ਼ਿਸ਼ ਕਰਦੀ ਆ, ਕਿਆ ਨਾਂ ਇਹਦਾ ਆਰ, ਅਤੇ ਆਰ ਦੇ ਮੂਹਰੇ ਐਲ ਆਉਂਦੀ ਆ, ਆਹ ਕੱਟਦੀ ਹੈ ਅਤੇ ਸੱਜੀ ਸਾਈਡ 'ਤੇ ਐਲ ਆਉਂਦੀ, ਇਸ ਕਰਕੇ ਨਹੀਂ ਜਾ ਸਕਦੀ। ਅਗਰ ਈ ਦੇਖਦੇ ਹਾਂ, ਈ ਦੇ ਸੱਜੀ ਸਾਈਡ 'ਤੇ ਆਹ ਵਾਲਾ ਹਿੱਸਾ ਆਉਂਦਾ, ਇਸ ਕਰਕੇ ਇਹ ਵੀ ਨਹੀਂ ਜਾ ਸਕਦੀ। ਅਗਰ ਤੁਸੀਂ ਸੀ ਨੂੰ ਦੇਖਦੇ, ਸੀ ਨੇ ਜਾਣਾ ਇਸ ਪਾਸੇ ਨੂੰ ਅਤੇ ਸੀ ਦੇ ਮੂਹਰੇ ਕੁਛ ਨਹੀਂ ਆਉਂਦਾ। ਹੁਣ ਤਾਂ ਦੇਖ ਲਿਆ ਵੀ ਸੀ ਮੂਹਰੇ ਕੁਛ ਨਹੀਂ ਆਉਂਦਾ, ਸੌਖਾ ਸੀ ਏ ਐਲ ਆਰ ਈ। ਹੁਣ ਗੱਡੀਆਂ ਨੇ ਇੱਦਾਂ ਲਿਖਿਆ ਵੀ ਸੀ ਏ ਐਲ ਆਰ ਈ ਨੇ ਹੀ ਜਾਣਾ, ਇਸ ਕਰਕੇ ਇਹ ਵੇਰੋ ਆ। ਇਲ ਵੇਹੀਕਲ ਚੀ ਪਾਸਾ ਪਰ ਪ੍ਰੀਮੋ, ਕਿ ਸਭ ਤੋਂ ਪਹਿਲਾਂ ਸੀ ਨੇ ਆਪਣੀ ਗੱਡੀ ਤੋਰਨੀ ਹੈ ਬੜੂੰ ਬੜੂੰ ਕਰਕੇ, ਇਸ ਕਰਕੇ ਇਹ ਵੇਰੋ ਆ ਜੀ। ਹਾਂਜੀ, ਹੁਣ ਮੇਰੇ ਹਿਸਾਬ ਨਾਲ ਤੁਹਾਨੂੰ ਤਕਰੀਬਨ ਸਾਰਿਆਂ ਨੂੰ ਸਮਝ ਤਾਂ ਲੱਗ ਗਈ ਹੋਣੀ ਵੀ ਕੀ ਹਿਸਾਬਤਾ ਵਾ, ਪਰ ਅਗਰ ਫਿਰ ਵੀ ਸਮਝ ਨਾ ਲੱਗੇ ਤਾਂ ਬੇਝਿਜਕ ਹੋ ਕੇ ਪੁੱਛ ਲਿਓ ਜੀ ਕਿੱਦਾਂ ਗੱਡੀਆਂ ਨੇ, ਕੀ ਹਿਸਾਬਤਾ, ਉਹ ਕਿੱਦਾਂ ਨਿਕਲਣਾ। ਇਲ ਵੇਹੀਕਲ ਆ ਤ੍ਰਾਂਜਿਤਾ ਸੂਬੀਤੋ ਦੋਪਿਲ ਚੀ, ਵੀ ਸੀ ਜਦੋਂ ਲੰਘ ਜਾਂਦੀ ਆ ਉਸ ਤੋਂ ਬਾਅਦ ਇਹ ਲੰਘ ਸਕਦੀ ਆ। ਹਾਂਜੀ, ਕਿਉਂਕਿ ਉਸ ਤੋਂ ਬਾਅਦ ਉਹਦਾ ਦੇਸ਼ ਤਰ੍ਹਾਂ ਲਿਬੇਰਾ ਹੋ ਜਾਣਾ, ਇਸ ਕਰਕੇ ਸੀ ਆ। ਇਲ ਵੇਹੀਕਲ ਈ ਦੇਵੇ ਦਾਰੇ ਲਾ ਪ੍ਰੈਜ਼ੀਡੈਂਸਲ ਵੇਹੀਕਲ ਐਰ ਏ ਤੇ ਐਲ ਏ, ਜਿਹੜੀ ਈ ਆ ਇਹਨੂੰ ਆਰ ਅਤੇ ਐਲ ਨੂੰ ਪਹਿਲ ਦੇਣੀ ਪੈਣੀ ਆ। ਹਾਂਜੀ, ਕਿਉਂਕਿ ਇਹਨੇ ਤਾਂ ਹੀ ਲੰਘਣਾ ਜਦੋਂ ਆਰ ਲੰਘ ਜਾਂਦੀ ਹੈ, ਆਰ ਨੇ ਤਾਂ ਲੰਘਣਾ ਜੇ ਐਲ ਲੰਘ ਜਾਂਦੀ ਹੈ, ਇਸ ਕਰਕੇ ਫਿਰ ਛਲੂਤੇ ਆ ਗਿਆ, ਮੈਂ ਆ ਗਿਆ ਆ ਗਿਆ ਕਾਦਾ ਕਾਦਾ ਉਹ ਕਾਦਾ ਬਿੱਲੀ ਬਿੱਲੀ ਮਿਆਉਂ ਮਿਆਉਂ ਬਿੱਲੀ ਕਿੱਦਾਂ ਕਰਦੀ ਆ ਮਿਆਉਂ, ਤਾਸਮਾ ਖੁੱਲਿਆ ਬੁੱਗੀ ਦਾ ਤਾਂ ਬੰਨਣਾ ਹੀ। ਇਲ ਵੇਹੀਕਲ ਆ ਤ੍ਰਾਂਜਿਤਾ ਪ੍ਰੀਮਾ ਦੈਲ ਵੇਹੀਕਲ ਐਲ ਏ, ਫਿਰ ਏ ਨੇ ਐਲ ਤੋਂ ਪਹਿਲਾਂ ਲੰਘਣਾ ਏ। ਹਾਂਜੀ, ਐਲ ਇੱਥੇ ਆ, ਐਲ ਨੇ ਪਹਿਲਾਂ ਏ ਨੂੰ ਲੰਘਣਾ, ਇਸ ਕਰਕੇ ਏ ਐਲ ਤੋਂ ਪਹਿਲਾਂ ਲੰਘਦੀ ਹੈ, ਇਸ ਕਰਕੇ ਬਹੁਤ ਵਧੀਆ ਸਵਾਲ ਆ। ਇਲ ਵੇਹੀਕਲ ਐਲ ਏ ਤ੍ਰਾਂਜਿਤਾ ਪ੍ਰੀਮਾ ਦੈਲ ਵੇਹੀਕਲ ਐਰ ਏ, ਫਿਰ ਜਿਹੜੀ ਆਪਣੀ ਐਲ ਆ ਉਹਨੇ ਆਰ ਤੋਂ ਪਹਿਲਾਂ ਲੰਘਣਾ। ਹਾਂਜੀ, ਬਿਲਕੁਲ ਠੀਕ ਆ ਜੀ। ਐਲ ਅਗਰ ਆਰ ਵਾ, ਆਰ ਨੇ ਐਲ ਨੂੰ ਨਗਾਣਾ, ਇਸ ਕਰਕੇ ਵੀ ਬਿਲਕੁਲ ਠੀਕ ਆ ਜੀ। ਇਲ ਵੇਹੀਕਲ ਐਲ ਏ ਤ੍ਰਾਂਜਿਤਾ ਦੋਪੋ ਇਲ ਵੇਹੀਕਲ ਆ, ਤੇ ਐਲ ਨੇ ਉਦੋਂ ਲੰਘਣਾ ਆ ਜਦੋਂ ਇੱਥੋਂ ਪਹਿਲਾਂ ਈ ਲੰਘ ਜਾਂਦੀ, ਇਸ ਕਰਕੇ ਵੀ ਬਹੁਤ ਵਧੀਆ, ਜਾਣੀ ਪਹਿਲਾਂ ਹੀ ਸਵਾਲ ਆ, ਬਹੁਤ ਵਧੀਆ ਸਵਾਲ ਆ, ਉਹੀ ਵਾਲਾ ਕੰਮ ਹੋ ਗਿਆ। ਹਾਂਜੀ, ਇਹ ਵੀ ਬਿਲਕੁਲ ਠੀਕ ਆ ਜੀ। ਉਸ ਤੋਂ ਬਾਅਦ ਜੀ ਆਪਣਾ ਸਵਾਲ ਹੈ ਕਿ ਵੇਹੀਕਲ ਈ ਦੇਵੇ ਦਾਰੇ ਲਾ ਪ੍ਰੈਜ਼ੀਡੈਂਸਲ ਵੇਹੀਕਲ ਆ, ਈ ਗੱਡੀ ਕਿੱਥੇ ਆ, ਫਿਰ ਈ ਗੱਡੀ ਜਿਹੜੀ ਸਿੱਧੀ ਜਾ ਰਹੀ ਆ ਉਹਨੇ ਇਸ ਗੱਡੀ ਨੂੰ ਪਹਿਲ ਦੇਣੀ ਹੈ, ਜਿਹੜੀ ਸਿੱਧੀ ਜਾ ਰਹੀ ਆ ਉਹਨੇ ਦੇਣੀ ਪਹਿਲ ਇਸ ਨੂੰ ਅਤੇ ਇਸ ਨੂੰ, ਇਸ ਪਾਸੇ ਵਾਲੇ ਨੂੰ ਉਹਨਾਂ ਕੋਈ ਕੰਸਰਨ ਨਹੀਂ ਹੈਗਾ, ਇਸ ਕਰਕੇ ਇਹ ਫਾਲਸ ਵਾ। ਹਾਂਜੀ, ਅਗਰ ਇੱਥੇ ਦਾਰੇ ਪ੍ਰੈਜ਼ੀਡੈਂਸ ਵਾਲਾ ਉਹਦਾ ਸਿਗਨਲ ਹੁੰਦਾ, ਫਿਰ ਉਹਨੇ ਪਹਿਲ ਦੇਣੀ ਸੀ ਜਿਹੜੀਆਂ ਦੂਜੇ ਸਾਈਡ ਤੋਂ ਗੱਡੀਆਂ ਆ ਰਹੀ ਆ, ਇਸ ਕਰਕੇ ਫਾਲਸ ਵਾ। ਈ ਵੇਹੀਕਲ ਤ੍ਰਾਂਜਿਟ ਨੂੰ ਨਾਲ ਸੈਗਮੈਂਟ ਤੇ ਉੜਦੇ ਨੇ ਈ ਸੀ ਏ ਆ, ਕਹਿੰਦੇ ਜੀ ਪਹਿਲਾਂ ਈ ਲੰਘੂਗੀ, ਅਗਰ ਤੁਸੀਂ ਪਹਿਲਾਂ ਈ ਨੂੰ ਹੀ ਲੰਘਾਓ ਤਾਂ ਈ ਦੇ ਮੂਹਰੇ ਆਰ ਤੇ ਐਲ ਆਉਂਦੇ, ਇੱਥੋਂ ਹੀ ਫਾਲਸ ਹੋ ਜਾਂਦਾ, ਅੱਗੇ ਪੜ੍ਹਨ ਦੀ ਲੋੜ ਹੀ ਨਹੀਂ ਆਉਂਦੀ। ਇਲ ਵੇਹੀਕਲ ਆ ਦੇਵੇ ਅਤੇਂਦਰ ਇਲ ਵੇ ਪਸਾਜੋ ਦਿਲ ਵੇਹੀਕਲ ਈ, ਫਿਰ ਏ ਨੂੰ ਰੁਕਣਾ ਪੈਣਾ ਕਿ ਪਹਿਲਾਂ ਈ ਗੱਡੀ ਲੰਘ ਜੇ, ਇਹਨੂੰ ਕਿਉਂ ਰੁਕਣਾ ਪੈਣਾ, ਇਹਨੂੰ ਸਿਰਫ ਸੀ ਲਈ ਰੁਕਣਾ ਪੈਣਾ, ਇਸ ਕਰਕੇ ਫਾਲਸ ਵਾ ਜੀ। ਹਾਂਜੀ, ਲਾਸਟਲੇ ਦੋ ਸਵਾਲ ਜੀ ਆਪਣੇ ਚੈਪਟਰ ਦੇ। ਇਲ ਵੇਹੀਕਲੋ ਵੇਹੀਕਲੋ ਇਲ ਕੁਆਲੂੰਕੋ ਵੇਹੀਕਲੋ ਪੋਇਮ ਪੈਨਾਰੇ ਇੰਕਰੋਚੋ ਪ੍ਰੀ ਲਿੰਕਰੋਚੋ ਇਹ ਫਰਮਾਰਸੀ ਅਲ ਚੈਂਤਰੋ ਦੀ ਐਸੋ, ਪਹਿਲਾਂ ਪੰਜਾਂ ਗੱਡੀਆਂ ਵਿੱਚੋਂ ਜਿਹੜੀ ਮਰਜ਼ੀ ਗੱਡੀ ਮੂਹਰੇ ਆ ਕੇ ਸੈਂਟਰ 'ਚ ਰੁਕ ਸਕਦੀ ਆ ਅਤੇ ਬਾਕੀ ਗੱਡੀਆਂ ਲੰਘ ਸਕਦੀਆਂ। ਹੁਣ ਅਗਰ ਤੁਸੀਂ ਦੇਖੋ ਵੀ ਏ ਨੂੰ ਤੁਸੀਂ ਸੈਂਟਰ 'ਚ ਇੱਥੇ ਖੜ੍ਹੇ ਕਰ ਸਕਦੇ ਆ, ਠੀਕ ਆ ਜੀ, ਏ ਨੇ ਐਲ ਵੀ ਰੋਕ ਲਈ, ਐਲ ਨੇ ਆਰ ਰੋਕਤੀ, ਆਰ ਨੇ ਈ ਰੋਕਤੀ, ਈ ਨੇ ਸੀ ਰੋਕਤੀ, ਅਗਰ ਸੀ ਇੱਥੇ ਖੜ੍ਹ ਗਈ ਆ ਤਾਂ ਸੀ ਨੇ ਏ ਰੋਕਤੀ, ਸਾਰਾ ਕੁਛ ਹੋ ਗਿਆ, ਇਸ ਕਰਕੇ ਗੱਬੇ ਖੜਨ ਦਾ ਕੋਈ ਚੱਕਰ ਨਹੀਂ ਹੈਗਾ, ਇਸ ਕਰਕੇ ਫਾਲਤੂ। ਈ ਵੇਹੀਕਲ ਚੀ ਐਰ ਰੇ ਤ੍ਰਾਂਜਿਤ ਨੂੰ ਕੁੰਨ ਤੇ ਪੁਰਾਣੇ ਮੈਂ, ਅਤੇ ਸੀ ਅਤੇ ਆਰ ਕਹਿੰਦੇ ਇਕੱਠੇ ਲੰਘ ਸਕਦੇ ਆ ਜਦੋਂ ਏ ਲੰਘ ਗਈ, ਜਦੋਂ ਏ ਗੱਡੀ ਲੰਘ ਗਈ ਸੀ ਅਤੇ ਆਰ ਇਕੱਠੇ ਲੰਘ ਸਕਦੇ ਆ, ਫਾਲਸ ਹੋ। ਕਿਉਂਕਿ ਫਾਲਸ ਹੋ ਕਿਉਂ, ਕਿਉਂਕਿ ਜਦੋਂ ਏ ਲੰਘੀ ਆ ਏ ਤੋਂ ਬਾਅਦ ਐਲ ਨੇ ਲੰਘਣਾ ਨਾ ਕਿ ਸੀ ਨੇ ਲੰਘਣਾ, ਇਸ ਕਰਕੇ ਫਾਲਸ ਹੋ। ਲਓ ਜੀ, ਇਹਦੇ ਨਾਲ ਆਪਣਾ
ਸੀਨ ਬਸ ਖਤਮ ਹੀ ਹੋ ਗਿਆ ਮੁੰਡੇ ਮੁੰਡੇ ਆਏ ਦਿਖਾਣੀ ਚੀਜ਼ ਇਹਦੇ ਨਾਲ ਆਪਣਾ ਜੀ ਖਤਮ ਹੋ ਗਿਆ ਆਪਣਾ ਹੁਣ 15ਵਾਂ ਭਾਗ ਆਪਾਂ ਦੇਖੋ ਸ਼ੁਰੂ ਕਰਨ ਲੱਗੇ ਹਾਂ ਸੁਰਪਾਸੋ ਵਾਲਾ ਇਹ ਆਪਣਾ ਭਾਗ ਅਸੀਂ ਅਗਲੇ ਭਾਗ ਵਿੱਚ ਜਾ ਕੇ ਸ਼ੁਰੂ ਕਰਦੇ ਇਹਨੂੰ ਇੱਥੇ ਰੱਖ ਦਿਓ ਕਿੱਥੇ ਕ ਯਾਰ ਅਸੀਂ ਇੱਥੇ ਰੱਖਣੀ ਹੈ ਹਾਂਜੀ ਚਲੋ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਮਿਲਦੇ ਹਾਂ ਹੁਣ ਆਪਣੇ 15ਵੇਂ ਭਾਗ ਵਿੱਚ ਅੱਜ ਅਸੀਂ ਆਪਣਾ 14ਵਾਂ ਭਾਗ ਆ ਜਿਹੜਾ ਸੁਰਪਾਸੋ ਆਪਣਾ ਐਜੈਂਪੀ ਦੀ ਪ੍ਰੈਸੀਡੈਂਸੀ ਸਾਰਾ ਖਤਮ ਕਰ ਦਿੱਤਾ ਅਤੇ ਹੁਣ ਉਹ ਤੋਂ ਬਾਅਦ ਆਪਾਂ ਫਿਰ ਸੁਰਪਾਸੋ ਕਰਾਵਾਂਗੇ ਸੁਰਪਾਸੋ ਤੋਂ ਬਾਅਦ ਫਿਰ ਮੈਂ ਸੋਸਤਾ ਪਰਤੈਂਸਾ ਚਿਰਕੁਲਸੇ ਉਹਨੇ ਆਊਟੋ ਸਤਰਾ ਦਾ ਲੂਚੀ ਵਗੈਰਾ ਵਗੈਰਾ ਹੁਣ ਫਿਲਹਾਲ ਅਸੀਂ ਆਪਣਾ 14ਵਾਂ ਭਾਗ ਖਤਮ ਕਰਕੇ ਹਟੇ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਹਾਂ ਹੁਣ ਆਪਾਂ ਆਪਣੇ ਅਗਲੇ ਭਾਗ 15ਵੇਂ ਚੈਪਟਰ ਵਿੱਚ